ਵਾਹਿਗੁਰੂ ਜੀ ਸਾਰੇ ਜਪੋ ਜੀ ਬਾਣੀ ਗੁਰੂ ਹੈ ਵਿੱਚ ਬਾਣੀ ਗੁਰ ਬਾਣੀ ਕਹੈ ਸੇਵਕ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲਉ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ 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 ਇਸ ਜੀਵ ਡਿਆਵਰ ਨ ਕੋਵੇ ਤਿਸ ਜਿਹੇ ਵਡਿਆਵਰ ਨ ਕੋਵੇ ਤਿਸ ਜਿਹੇ ਵਡਿਆਵਰ ਨ ਕੋਵੇ ਤਿਸ ਜਿਹੇ ਵਡਿਆਵਰ ਨ ਕੋਵੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਸਾਹਿਬਾਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਦਾਸ ਵੱਲੋਂ ਬੁਲਾਈ ਗੁਰਫਤਿਹੇ ਆਪਸ ਵਿੱਚ ਸਾਂਝੀ ਕਰਦਿਆਂ ਆਪੋ ਆਪਣੇ ਸੀਸ ਝੁਕਾਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬਾ ਅਦਬ
ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚਾਰ ਦਿਹਾੜੇ ਨੇ। ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਦੂਸਰੇ, ਇਸ ਪਾਵਨ ਗ੍ਰੰਥ ਨੂੰ ਤਿਆਰ ਕਰਾਉਣ ਵਾਲੇ, ਸੰਕਲਨ ਅਤੇ ਸੰਪਾਦਨ ਕਰਾਉਣ ਵਾਲੇ ਆਪ ਗੁਰਸਿੱਖਾਂ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਨੇ ਪ੍ਰਕਾਸ਼ ਕਰਵਾਇਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਇਹ ਨਾਨੇ ਗੁਰੂ ਦਾ ਵਚਨ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਉਹ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਵਚਨ ਆਪਾਂ ਪੜ੍ਹਿਆ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਗੁਰ ਬਾਣੀ ਕਹੇ, ਵੱਖ ਵੱਖ ਸ਼ਬਦ ਨੇ ਦੋਈ, ਗੁਰਬਾਣੀ ਇਕੱਠਾ ਨਹੀਂ ਹੈ ਇੱਥੇ, ਗੁਰ ਬਾਣੀ ਕਹੇ। ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਉਹ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਹੈ ਅਤੇ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਪਹਿਲੀ ਵਾਰ, ਪਹਿਲੀ ਵਾਰ ਤਾਬਿਆ ਬੈਠੇ, ਪਹਿਲੀ ਵਾਰ ਮੁਖਵਾਕ ਲਿਆ, ਉਹ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਤਿਨ੍ਹਾਂ ਦੀ ਮਿੱਠੀ ਯਾਦ ਹੈ। ਦੇਖੋ ਕੈਸਾ ਸਬੱਬ ਹੈ ਇਹ ਚਾਰ ਦਿਹਾੜੇ ਨੇ, ਪਰ ਮੈਂ ਬੇਨਤੀ ਕਰਾਂ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਦਿਹਾੜਾ ਆਪਾਂ ਅਗਲੇ ਐਤਵਾਰ ਮਨਾਵਾਂਗੇ, ਉਹਨਾਂ ਦਾ ਜੀਵਨ ਵਿਚਾਰਾਂਗੇ। ਅੱਜ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਮਹਿਮਾ ਵਡਿਆਈ ਇਹ ਆਪਸ ਵਿੱਚ ਸਾਂਝੀ ਕਰਾਂਗੇ। ਸੋ ਇੱਕ ਵਾਰੀ ਸਾਰੀ ਸੰਗਤ ਦਾਸ ਨੂੰ ਅਸੀਸ ਬਖਸ਼ੋ, ਕਿਉਂਕਿ ਕੋਈ ਵੀ ਜਿਹੜਾ ਵਕਤਾ ਹੈ ਉਹ ਸੰਗਤ ਦੀ ਅਸੀਸ ਨਾਲ ਹੀ ਗੁਰੂ ਦਰਬਾਰ ਵਿੱਚ ਬੋਲ ਸਕਦਾ ਹੈ। ਅਤੇ ਤੁਸੀਂ ਬਹੁਤ ਧਿਆਨ ਲਾ ਕੇ ਇਕਾਗਰਤਾ ਸਹਿਤ ਸਰਵਣ ਕਰਨਾ ਹੈ ਜੋ ਗੁਰੂ ਮਹਾਰਾਜ ਜੀ ਦੇ ਵਚਨ ਹੋਣਗੇ। ਅੱਜ ਆਪਾਂ ਮੁੱਖ ਰੂਪ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ, ਅੱਗੇ ਜਿਨ੍ਹਾਂ ਨੇ ਪ੍ਰਕਾਸ਼ ਕਰਵਾਇਆ ਉਹਨਾਂ ਦੀ ਮਹਿਮਾ, ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਉਹਨਾਂ ਦੀ ਮਹਿਮਾ, ਬਾਣੀ ਇਕੱਤਰ ਕਰਨ ਦੇ ਜਿਹੜੇ ਮੂਲ ਕਾਰਨ ਸੀ ਉਹ, ਅਤੇ ਜਿਸ ਜਗ੍ਹਾ 'ਤੇ ਪ੍ਰਕਾਸ਼ ਹੋਇਆ ਉਹਦੇ ਬਾਰੇ, ਇਹ ਪੰਜ ਸਵਾਲ ਨੇ ਅੱਜ, ਉਹ ਆਪਸ ਵਿੱਚ ਆਪਾਂ ਸਾਂਝੇ ਕਰਾਂਗੇ। ਸੋ ਸਾਰੀ ਸੰਗਤ ਇੱਕ ਵਾਰ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ 'ਤੇ ਅਨੇਕਾਂ ਧਰਮ ਨੇ, ਅਨੇਕਾਂ ਧਰਮਾਂ ਕੋਲ ਲਗਭਗ ਆਪੋ ਆਪਣੇ ਧਾਰਮਿਕ ਗ੍ਰੰਥ ਨੇ।
ਸਾਰੇ ਮੁਬਾਰਕ ਨੇ, ਸਾਰੇ ਸਾਡੇ ਲਈ ਸਤਿਕਾਰਯੋਗ ਨੇ। ਪਰ ਜੇ ਗੁਰੂ ਪਦਵੀ ਕਿਸੇ ਵੀ ਪਾਵਨ ਗ੍ਰੰਥ ਕੋਲ ਹੈ, ਉਹ ਕੇਵਲ ਅਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ, ਬੋਲੋ ਜੀ ਸਾਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ। ਜੇ ਕਿਸੇ ਵੀ ਪਾਵਨ ਗ੍ਰੰਥ ਨੂੰ ਤਾਕਤ ਮਿਲਿਆ, ਚੰਦੋਆ ਮਿਲਿਆ, ਚੌਰ ਸਾਹਿਬ ਮਿਲਿਆ, ਸੰਗਤ ਮਿਲੀ, ਦੀਵਾਨ ਮਿਲਿਆ, ਉਹ ਕੇਵਲ ਅਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਦੇਖੋ ਬਾਕੀ ਗੁਰੂਆਂ ਨੂੰ ਆਪਾਂ ਬੜੇ ਸਤਿਕਾਰ ਨਾਲ ਯਾਦ ਕਰਦੇ ਹਾਂ ਅਤੇ ਕਰਨਾ ਵੀ ਚਾਹੀਦਾ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਨਕ ਨਿਰੰਕਾਰੀ ਕਹਿੰਦੇ ਹਾਂ, ਤੀਜੇ ਪਾਤਸ਼ਾਹ ਜੀ ਨੂੰ ਪਰਬਤ ਮੇਰਾਨ ਕਹਿੰਦੇ ਹਾਂ, ਚੌਥੇ ਪਾਤਸ਼ਾਹ ਜੀ ਨੂੰ ਸੋਢੀ ਸੁਲਤਾਨ ਕਹਿੰਦੇ ਹਾਂ, ਪੰਜਵੇਂ ਪਾਤਸ਼ਾਹ ਨੂੰ ਆਪਾਂ ਸ਼ਾਂਤੀ ਦੇ ਪੁੰਜ, ਭਾਣੇ ਦੀ ਮੂਰਤ, ਸ਼ਹੀਦਾਂ ਦੇ ਸਿਰਤਾਜ ਕਹਿੰਦੇ ਹਾਂ, ਛੇਵੇਂ ਪਾਤਸ਼ਾਹ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਹਿੰਦੇ ਹਾਂ, ਸੱਤਵੇਂ ਪਾਤਸ਼ਾਹ ਜੀ ਨੂੰ ਕਰਨਾ ਨਿਧਾਨ ਕਹਿੰਦੇ ਹਾਂ, ਅੱਠਵੇਂ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਕਹਿੰਦੇ ਹਾਂ, ਨੌਵੇਂ ਪਾਤਸ਼ਾਹ ਜੀ ਨੂੰ ਧਰਮ ਦੀ ਚਾਦਰ ਅਤੇ ਦਸਵਿਆਂ ਨੂੰ ਸਰਵੰਸਦਾਰੀ। ਪਰ ਇੱਕ ਸ਼ਬਦ ਹੈ ਜਿਹੜਾ ਦਸੇ ਪਾਤਸ਼ਾਹੀਆਂ ਨਾਲ ਜੁੜਦਾ ਨਹੀਂ, ਉਹ ਇੱਕ ਪਾਤਸ਼ਾਹ ਨਾਲ ਜੁੜਦਾ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ। ਉਹ ਕਿਹੜਾ ਸ਼ਬਦ ਹੈ ਜੀ? ਜੁਗੋ ਜੁਗ ਅਟਲ। ਬੋਲੋ ਸਾਰੇ, ਜੁਗੋ ਜੁਗ ਅਟਲ। ਕਿਉਂਕਿ ਦਸ ਪਾਤਸ਼ਾਹਾਂ ਦੇ ਸਰੀਰ ਆਏ ਚਲੇ ਗਏ। ਇੱਕ ਬੇਨਤੀ ਹੋਰ ਸਮਝਿਓ, ਜਿਹੜੇ ਸਰੀਰਾਂ ਨੇ ਬਾਣੀ ਉਚਾਰੀ ਜਾਂ ਜਿੱਥੋਂ ਬਾਣੀ ਉਚਰਤ ਹੋਈ ਜਾਂ ਜਿਹੜੇ ਸਰੀਰਾਂ ਨੇ ਬਾਣੀ ਦੀ ਕਮਾਈ ਕੀਤੀ, ਘਾਲਣਾ ਕੀਤੀ, ਉਹ ਸਰੀਰ ਤਾਂ ਚਲੇ ਗਏ ਪਰ ਉਹਨਾਂ ਦੀ ਰੂਹ ਸ਼ਬਦ ਵਿੱਚ ਸਮਾ ਗਈ, ਉਹਨਾਂ ਦੀ ਰੂਹ ਬਾਣੀ ਦੇ ਵਿੱਚ ਸਮਾ ਗਈ, ਉਹਨਾਂ ਦੀ ਜਿਹੜੀ ਜੋਤ ਹੈ, ਉਹ ਜਿਹੜਾ ਗਿਆਨ ਹੈ, ਉਹ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਕਿਉਂਕਿ ਪਾਤਸ਼ਾਹ ਜੀ ਦੇ ਆਪਣੇ ਬਚਨ ਨੇ, ਇੱਕ ਪਾਸੇ ਆਪਾਂ ਬਚਨ ਪੜ੍ਹਾਂਗੇ, ਮੈਂ ਨਹੀਂ ਬੋਲਦਾ ਮੈਨੂੰ ਕੋਈ ਬੁਲਾ ਰਿਹਾ, ਹਉ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਾਂ ਫਿਰ ਬਚਨ ਹੈ, ਬੇਸਮਾਰ ਅਥਾਹ ਅਗੰਤ ਅਤੋਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਜਾਂ ਫਿਰ ਵਚਨ ਹੈ, ਜਿਉਂ ਬੁਲਾਵਹਿ ਤਿਉਂ ਬੋਲੈ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਤੇ ਭਾਈ ਲਾਲੋ ਦੇ ਘਰ ਵਿੱਚ ਜਾ ਕੇ ਪਾਤਸ਼ਾਹ ਨੇ ਕੀ ਕਿਹਾ ਸੀ? ਜੈਸੀ ਮਹਿ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੀ ਲਾਲੋ। ਅਤੇ ਸੱਚੇ ਪਾਤਸ਼ਾਹ ਨੇ ਕੀ ਕਿਹਾ? ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਦੇਖੋ ਇੱਕ ਪਾਸੇ ਕਹਿ ਰਹੇ ਨੇ ਵੀ ਮੈਂ ਨਹੀਂ ਬੋਲਦਾ, ਮੈਂ ਪਿੱਛੋਂ ਕੋਈ ਹੁਕਮ ਹੋ ਰਿਹਾ ਮੈਂ ਤਾਂ ਬੋਲਣਾ। ਦੂਜੇ ਪਾਸੇ ਕੀ ਕਹਿੰਦੇ? ਸਤਿਗੁਰ ਬਚਨ, ਧਿਆਨ ਦਿਓ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਦੂਜੇ ਪਾਸੇ ਬਚਨ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ
ਉਹ ਕਹਿੰਦੇ ਵੀ ਅਸੀਂ ਗਏ ਨਹੀਂ ਕਿਤੇ, ਅਸੀਂ ਬਾਣੀ ਦੇ ਵਿੱਚ ਹੀ ਸਮਾ ਗਏ। ਜਿੱਥੇ ਬਾਣੀ ਹੈ ਧਿਆਨ ਦਿਓ, ਉੱਥੇ ਗੁਰੂ ਹੈ, ਜਿੱਥੇ ਗੁਰੂ ਹੈ ਉੱਥੇ ਬਾਣੀ ਹੈ। ਸਾਰੇ ਬੋਲੋ, ਬਹੁਤ ਨੁਕਤਾ ਸਮਝਣ ਵਾਲਾ। ਜਿੱਥੇ ਗੁਰਬਾਣੀ ਹੈ, ਗੁਰਬਾਣੀ ਦਾ ਪਾਠ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਉੱਥੇ ਗੁਰੂ ਹੈ। ਉੱਥੇ ਕੀ ਹੈ ਜੀ? ਗੁਰੂ ਹੈ ਉੱਥੇ, ਆਪ ਪ੍ਰਤੱਖ ਹੈ। ਉਹ ਵੱਖਰੀ ਗੱਲ ਹੈ ਵੀ ਸਾਡੇ ਨੇਤਰ ਅਜੇ ਤਿਆਰ ਨਹੀਂ ਹੋਏ ਉਹਨੂੰ ਵੇਖ ਸਕੀਏ, ਉਹ ਕੰਨ ਤਿਆਰ ਨਹੀਂ ਹੋਏ ਜਿਹਨੂੰ ਸੁਣ ਸਕੀਏ, ਝੋਲੀ ਤਿਆਰ ਨਹੀਂ ਹੋਈ ਝੋਲੀ ਭਰ ਸਕੀਏ। ਪਰ ਵਚਨ ਇਹੀ ਹੈ, ਬਾਣੀ ਗੁਰੂ, ਗੁਰੂ ਹੈ। ਜਿੱਥੇ ਬਾਣੀ ਹੈ ਉੱਥੇ ਗੁਰੂ ਹੈ, ਜਿੱਥੇ ਗੁਰੂ ਹੈ ਉੱਥੇ ਬਾਣੀ ਹੈ। ਕਿਉਂਕਿ ਗੁਰੂ ਨੇ ਕੋਈ ਆ ਸੰਸਾਰੀ ਗੱਲਾਂ ਥੋੜ੍ਹੀ ਕਰਨੀਆਂ ਨੇ, ਉਹਨੇ ਤਾਂ ਰੱਬ ਦੇ ਘਰ ਦੀ ਦੱਸ ਪਾਉਣੀ ਹੈ ਤੁਹਾਨੂੰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਸਜੇਵੜ ਅਵਰ ਨ ਕੋਈ। ਇਹ ਧੁਰ ਦੀ ਬਾਣੀ ਹੈ ਤੇ ਤੁਹਾਨੂੰ ਅੱਧ ਵਾਟੇ ਨਹੀਂ ਛੱਡਦੀ, ਇਹ ਧੁਰ ਹੀ ਲੈ ਕੇ ਜਾਂਦੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿੱਥੋਂ ਬਾਣੀ ਆਈ ਹੈ, ਇਹ ਤੁਹਾਡੀ ਸੁਰਤ ਨੂੰ, ਤੁਹਾਡੀ ਜਿੰਦ ਨੂੰ, ਤੁਹਾਡੀ ਆਤਮਾ ਨੂੰ ਉੱਥੇ ਲੈ ਜਾਊਗੀ। ਪਰ ਕਦੋਂ? ਜਦੋਂ ਬਾਣੀ ਤੁਹਾਡੇ ਮਨ ਵਿੱਚ, ਤੁਹਾਡੇ ਕਰਮਾਂ ਤੇ ਤੁਹਾਡੀ ਰਸਨਾ ਤੇ ਆ ਗਈ। ਅਜੇ ਬਾਣੀ ਦੇ ਅਸੀਂ ਦਰਸ਼ਨ ਕਰ ਲੈਂਦੇ ਹਾਂ ਅੱਖਾਂ ਨਾਲ, ਜੀਭ ਨਾਲ ਬੋਲ ਲੈਂਦੇ ਹਾਂ, ਪਰ ਮਾਫ ਕਰਿਓ, ਬਾਣੀ ਕਰਮਾਂ 'ਚ ਨਹੀਂ ਆਈ ਹਜੇ। ਪਰ ਜਿਸ ਦਿਨ ਕਰਮਾਂ 'ਚ ਆ ਗਈ, ਗੁਰਬਾਣੀ ਇਸ ਜੱਗ ਮੈਂ, ਅੱਗੇ ਕੀ ਲਿਖਿਆ ਜੀ? ਕਰਮ ਵਸੈ ਮਨ ਆਏ। ਮਨ ਦੀ ਵੀ ਗੱਲ ਹੈ ਤੇ ਰੋਜ਼ਮਰ੍ਹਾ ਦੇ ਕਰਮਾਂ ਦੀ ਵੀ ਗੱਲ ਹੈ ਵੀ ਕਰਮਾਂ 'ਚ ਆ ਗਈ ਬਾਣੀ। ਜੋ ਅਸੀਂ ਨਿੱਤ ਦੀ ਕਿਰਿਆ ਕਰਦੇ ਹਾਂ ਨਾ, ਉਹਦੇ ਵਿੱਚ ਬਾਣੀ ਦਾ ਵਾਸਾ ਹੋ ਗਿਆ। ਜਦੋਂ ਮਨ ਵਿੱਚ ਵਸ ਗਈ, ਕਰਮਾਂ 'ਚ ਆ ਗਈ, ਪਾਤਸ਼ਾਹ ਕਹਿੰਦੇ ਤੁਹਾਡੇ ਜੀਵਨ ਵਿੱਚ ਬਾਣੀ ਨੇ ਚਾਨਣ ਕਰ ਦੇਣਾ, ਕਿਤੇ ਵੀ ਤੁਸੀਂ ਠੋਕਰ ਨਹੀਂ ਖਾਓਗੇ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਸੱਚੇ ਪਾਤਸ਼ਾਹ ਜੀ ਨੂੰ ਕੀ ਲੋੜ ਪੈ ਗਈ ਸੀ ਇਹ ਬਾਣੀ ਇਕੱਤਰ ਕਰਨ ਦੀ? ਦੇਖੋ, ਪਹਿਲਾ ਜਿਹੜਾ ਸ਼ਬਦ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸਭ ਤੋਂ ਪਹਿਲੇ ਭਗਤ ਨੇ 1170 ਦੇ ਭਗਤ ਜੈਦੇਵ ਜੀ, ਭਗਤ ਜੈਦੇਵ ਜੀ ਬੰਗਾਲ 'ਚ ਹੋਏ ਨੇ ਜੀ, ਇਹ ਭਗਤ ਜੈਦੇਵ 1170 ਦਾ ਇਹਨਾਂ ਦਾ ਆਗਮਨ ਹੈ। 1173 ਦਾ ਜਿਹੜਾ ਆਗਮਨ ਹੈ ਉਹ ਬਾਬਾ ਫਰੀਦ ਸਾਹਿਬ ਜੀ ਦਾ ਪਾਕ ਪਟਨਾ ਦਾ, ਤੇ ਗੁਰੂ ਨਾਨਕ ਮਹਾਰਾਜ ਜੀ ਦਾ ਆਗਮਨ ਕਦੋਂ ਹੈ ਜੀ? 1469। ਲਗਭਗ 300 ਸਾਲ ਪਹਿਲਾਂ, ਨੋਟ ਕਰਿਓ, 300 ਸਾਲ ਪਹਿਲਾਂ ਸ਼ਬਦ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਸ਼ਬਦ ਦਾ ਪ੍ਰਕਾਸ਼ ਹੋ ਚੁੱਕਿਆ ਸੀ 300 ਸਾਲ ਪਹਿਲਾਂ, 1170, 1173 ਤੇ 1469, ਲਗਭਗ 300 ਸਾਲ ਬਣਦਾ ਹੈ ਕਿ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਪਰ ਸ਼ਬਦ ਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਭਾਦਰੋਂ ਸੁਦੀ ਏਕਮ ਸੰਨ 1604 ਦਾ, ਸ਼ਬਦ ਗੁਰੂ ਦਾ ਪ੍ਰਕਾਸ਼। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਪੰਜ ਭੌਤਿਕ ਸਰੀਰ ਲੈ ਕੇ ਸੰਸਾਰ ਤੇ ਆਏ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਤੇ ਕਦੇ ਤੁਹਾਨੂੰ ਸਮਾਂ ਮਿਲੇ, ਕਵੀ ਭਾਈ ਸੰਤੋਖ ਸਿੰਘ ਨੇ ਗਵਾਹੀ ਦਿੱਤੀ ਹੈ ਕਿ ਜਿਹੜੀ ਦੌਲਤਾਂ ਦਾਈ ਸੀ ਨਾ, ਉਹ ਬੜਾ ਕੁਝ ਮੰਗਦੀ ਸੀ ਪ੍ਰਕਾਸ਼ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਪਿਤਾ ਤੋਂ। ਕਹਿਣ ਲੱਗੀ, ਮਹਿਤਾ ਜੀ, ਤੁਹਾਡੇ ਘਰ ਦੇ ਵਿੱਚ ਧੀ ਹੈਗੀ, ਜੇ ਇਸ ਵਾਰੀ ਪੁੱਤ ਆਇਆ ਨਾ
ਤਾਂ ਫਿਰ ਹੱਥ ਖੁੱਲ੍ਹਾ ਰੱਖਿਓ, ਘਾਟਾ ਵੀ ਕੋਈ ਨਹੀਂ ਘਰ 'ਚ। ਅਤੇ ਪਿਤਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਜੋ ਮੰਗੇਗੀ ਉਹੀ ਮਿਲੂਗਾ। ਪਰ ਜਿਸ ਦਿਨ ਪ੍ਰਕਾਸ਼ ਹੋਇਆ ਕੱਤਕ ਦੀ ਪੂਰਨਮਾਸੀ 1469 ਵਿੱਚ ਮਹਾਰਾਜ ਜੀ ਦਾ, ਦੌਲਤਾਂ ਦਾਈ ਅੱਖਾਂ 'ਚ ਪਾਣੀ ਹੈ ਅਤੇ ਆਪਣੀਆਂ ਅੱਖਾਂ ਨੂੰ ਆਪਣੇ ਦੁਪੱਟੇ ਦੇ ਪੱਲੇ ਨਾਲ ਸਾਫ ਕਰਦੀ ਆ ਰਹੀ ਹੈ। ਪਿਤਾ ਜੀ ਨੇ ਘਰ ਦੇ ਬਾਹਰ ਮੰਜੇ ਦੇ ਉੱਪਰ ਕੱਪੜੇ ਰੱਖੇ ਨੇ, ਮਠਿਆਈਆਂ ਰੱਖੀਆਂ ਨੇ, ਭਾਂਡੇ ਰੱਖੇ ਨੇ, ਨਗਦੀ ਰੱਖੀ ਹੈ। ਕਹਿਣ ਲੱਗੇ ਦੌਲਤਾਂ ਦਾਈ, ਐਂ ਦੱਸ ਵੀ ਘਰ ਦੇ ਵਿੱਚ ਕੌਣ ਆਇਆ, ਧੀ ਆਈ ਹੈ? ਦਾਈ ਕਹਿੰਦੀ ਨਹੀਂ। ਪੁੱਤ ਆਇਆ? ਕਹਿਣ ਲੱਗੀ ਨਹੀਂ। ਫਿਰ ਕੌਣ ਆਇਆ? ਕਹਿਣ ਲੱਗੀ ਤੇਰੇ ਘਰ ਦੇ ਵਿੱਚ ਆਪ ਨਿਰੰਕਾਰ ਆ ਗਿਆ, ਆਪ ਰੱਬ ਆ ਗਿਆ। ਪਿਤਾ ਜੀ ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਫਿਰ ਉਹਨੇ ਕਾਰਨ ਦੱਸਿਆ ਵੀ ਮੈਂ ਰੱਬ ਕਿਉਂ ਕਿਹਾ। ਉਹ ਕਹਿਣ ਲੱਗੀ ਬਹੁ ਸਿਸ ਜਨਮੇ ਮਮ ਕਰ ਮਾਹੀ, ਮਹਿਤਾ ਜੀ ਮੇਰੇ ਹੱਥਾਂ 'ਚ ਬਹੁਤ ਬੱਚਿਆਂ ਨੇ ਜਨਮ ਲਿਆ, ਇਹ ਅਚਰਜ ਕਾਵ ਵੇਖਿਓ ਨਾਹੀ। ਇਹ ਜਿਹੜਾ ਕੌਤਕ ਤੇਰੇ ਘਰ 'ਚ ਹੋਇਆ, ਇਹ ਮੈਂ ਕਿਸੇ ਵੀ ਘਰ 'ਚ ਕਿਸੇ ਵੀ ਬੱਚੇ ਦੇ ਜਨਮ ਵੇਲੇ ਵੇਖਿਆ ਨਹੀਂ। ਕਹਿਣ ਲੱਗੇ ਕਿਵੇਂ? ਕਹਿੰਦੇ ਵੀ ਦੋ ਕਾਰਨ ਹੋਏ ਨੇ, ਦੀਰਘ ਨਰ ਜਿਉਂ ਬਿਗਸ ਮਿਲੇ ਹੈ ਤਾਂ ਤੇ ਕੀਨੋ ਸ਼ਬਦ ਭਲੇ ਹੈ। ਇੱਕ ਤਾਂ ਤੇਰਾ ਬੱਚਾ ਨਾ ਜਿਹੜਾ, ਇਹ ਰੋਇਆ ਨਹੀਂ। ਹਰੇਕ ਬੱਚਾ ਸੰਸਾਰ 'ਤੇ ਜਦੋਂ ਆਉਂਦਾ ਰੋਂਦਾ ਹੈ, ਪਰ ਇਹ ਰੋਇਆ ਨਹੀਂ, ਹੱਸਿਆ। ਇਹ ਦੂਜਾ, ਇਹਨੇ ਇੱਕ ਸ਼ਬਦ ਬੋਲਿਆ। ਉਹ ਜਿਹੜਾ ਸ਼ਬਦ ਇਹਨੇ ਬੋਲਿਆ ਹੈ ਨਾ, ਜਦੋਂ ਮੇਰੇ ਕੰਨਾਂ ਨੇ ਸੁਣਿਆ, ਮੈਂ ਕਹਿੰਦਾ ਦੀਦਾਰ ਪਾਇਆ, ਮੈਨੂੰ ਬਸ ਸੱਚੀ ਦੌਲਤ ਮਿਲ ਗਈ, ਮੈਨੂੰ ਤੇਰੇ ਆ ਕੱਪੜਿਆਂ ਦੀ, ਮਠਿਆਈ ਦੀ, ਭਾਂਡਿਆਂ ਦੀ, ਪੈਸਿਆਂ ਦੀ ਲੋੜ ਨਹੀਂ ਰਹੀ, ਹੁਣ ਮੈਨੂੰ ਸੱਚੀ ਦੌਲਤ ਮਿਲ ਗਈ ਹੈ, ਮੈਂ ਅੰਦਰੋਂ ਅਮੀਰ ਹੋ ਗਈ ਹਾਂ। ਮਤਲਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸੰਸਾਰ 'ਤੇ ਆਏ, ਉਹ ਸ਼ਬਦ ਲੈ ਕੇ ਆਏ, ਬਾਣੀ ਲੈ ਕੇ ਆਏ। ਅੱਗੇ ਚੱਲੋ, ਜਿਸ ਦਿਨ ਸਿੱਧਾਂ ਨੇ ਪੁੱਛਿਆ ਸੀ, ਬਾਬਾ ਤੂੰ ਗ੍ਰਿਸ਼ਤੀ ਹੈ, ਤੇਰੇ ਸਿੱਖ ਗ੍ਰਿਸ਼ਤੀ ਨੇ ਘਰ ਬਾਰ ਕਿਉਂ ਛੱਡਤਾ? ਕਿਤ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਘਰ ਸਾਥ ਲੰਘਾਵੋ ਪਾਰੇ, ਕਿਉਂ ਘਰ ਬਾਰ ਛੱਡਤਾ? ਪਾਤਸ਼ਾਹ ਕਹਿੰਦੇ ਘਰ ਬਾਰ ਛੱਡਿਆ ਨਹੀਂ, ਕੁਝ ਦੇਰ ਲਈ ਘਰੋਂ ਬਾਹਰ ਆਇਆ, ਤਿਆਗਿਆ ਨਹੀਂ ਮੈਂ ਘਰ ਬਾਰ, ਕਿਉਂਕਿ ਮੈਂ ਤਾਂ ਧਾਰਮਿਕ ਦੌਰਿਆਂ 'ਤੇ, ਉਦਾਸੀਆਂ 'ਤੇ ਧਰਮ ਦਾ ਪ੍ਰਚਾਰ ਕਰਨ ਲਈ, ਸੱਚ ਦੀ ਗੱਲ ਕਹਿਣ ਲਈ ਘਰੋਂ ਆਇਆ ਹੋਇਆ। ਮੈਂ ਮੁੜ ਕੇ ਆਪਣੇ ਬੱਚਿਆਂ 'ਚ ਚਲੇ ਜਾਣਾ, ਮੈਂ ਘਰ ਛੱਡ ਕੇ ਥੋੜ੍ਹਾ ਆਇਆ। ਕਹਿਣ ਲੱਗੇ ਚਲੋ ਦੱਸ ਦਿਉ ਵੀ ਕਾਹਤੋਂ ਆਇਓ। ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਰੱਬੀ ਰੂਹਾਂ ਨੂੰ ਲੱਭਦਾ ਫਿਰਦਾ, ਜਿਨ੍ਹਾਂ ਕੋਲ ਨਾਮ ਧਨ ਬਾਣੀ ਦਾ ਖਜ਼ਾਨਾ ਹੈਗਾ, ਉਹ ਮੈਂ ਆਪਣੀ ਝੋਲੀ 'ਚ ਪਵਾਉਣਾ। ਸਾਚ ਵੱਖਰ ਕੇ ਹਮ ਬਣ ਜਾ ਰਹੇ, ਜਿੱਥੇ ਜਿੱਥੇ ਵੀ ਰੱਬ ਦਾ ਪਿਆਰਾ ਕੋਈ ਹੈ, ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ, ਗੁਰੂ ਮਹਾਰਾਜ, ਉਹਨਾਂ ਦੀਆਂ ਜਿਹੜੀਆਂ ਕੱਖਾਂ ਕਾਨੀਆਂ ਦੀਆਂ ਕੁੱਲੀਆਂ ਸੀ, ਉੱਥੇ ਵੀ ਗਏ ਆ ਗੁਰੂ ਨਾਨਕ ਮਹਾਰਾਜ। ਕਹਿਣ ਲੱਗੇ ਮੈਂ ਤਾਂ ਆਪਣੀ ਝੋਲੀ ਭਰਦਾ ਫਿਰਦਾ, ਉਹ ਖਜ਼ਾਨਾ ਮੈਂ ਇਕੱਠਾ ਕਰਦਾ ਫਿਰਦਾ। ਫਿਰ ਉਹਨਾਂ ਨੇ ਜਦੋਂ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿਣ ਲੱਗੇ ਵੀ ਤੁਹਾਡੇ ਇਹ ਸਿੱਖੀ ਜਿਹੜਾ ਮਹਿਲ ਹੈ, ਸਿੱਖੀ ਦਾ ਘਰ ਸ਼ੁਰੂ ਕੀਤਾ, ਇਹਦੀ ਟੇਕ ਕੀ ਹੈ, ਨੀਂਹ ਕੀ ਹੈ, ਓਟ ਆਸਰਾ ਕੀ ਹੈ? ਅਤੇ ਗੁਰੂ ਮਹਾਰਾਜ ਨੇ ਕੀ ਕਿਹਾ, ਗੁਰਬਾਣੀ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ। ਕਹਿੰਦੇ ਮੈਨੂੰ ਸ਼ਬਦ ਦਾ ਅਤੇ ਸ਼ਬਦ ਵਿੱਚ ਰੰਗੀਆਂ ਹੋਈਆਂ ਰੂਹਾਂ ਦਾ, ਸੰਗਤ ਦਾ ਓਟ ਆਸਰਾ ਹੈ, ਹੋਰ ਮੈਂ ਸਰੋਂ ਦੇ ਦਾਣੇ ਜਿੰਨਾ ਕਿਸੇ ਦਾ ਓਟ ਆਸਰਾ ਤੱਕਦਾ ਨਹੀਂ। ਫਿਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ 'ਤੇ ਫਤਿਹ ਪਾ ਲਈ ਨਾ,
ਸਿੱਧਾਂ ਦੇ ਉੱਪਰ ਬੜੇ ਸਵਾਲ ਜਵਾਬ ਸਿੱਧ ਗੋਸ਼ਟ ਦੀ ਬਾਣੀ 'ਚ ਤੁਸੀਂ ਪੜ੍ਹ ਸੁਣ ਸਕਦੇ ਹੋ। ਕਰਾਮਾਤਾਂ ਬੜੀਆਂ ਵਿਖਾਈਆਂ ਜੀ ਉਹਨਾਂ ਨੇ, ਕੋਈ ਮੱਛਰ ਬਣ ਕੇ ਉੱਡ ਗਿਆ, ਕੋਈ ਦਰਖਤ ਬਣ ਕੇ ਉੱਡ ਗਿਆ। ਅੱਜ ਵੀ ਜਾਓ ਤੁਸੀਂ ਨਾਨਕ ਮਤੇ, ਉਹ ਦਰਖਤ ਹੈ ਨਾ ਪਿੱਪਲ ਦਾ ਜਿਹਦੀ ਜੜ੍ਹ ਉੱਪਰ ਹੈ, ਉਹ ਗਵਾਹੀ ਭਰਦਾ ਹੈ ਵੀ ਆਹ ਕੁਝ ਕੀਤਾ ਸੀ ਗੁਰੂ ਨਾਨਕ ਮਹਾਰਾਜ ਨਾਲ ਉਹਨਾਂ ਨੇ। ਹੁਣ ਜਦੋਂ ਉਹ ਹਾਰ ਗਏ, ਐਨ ਚੁੱਪ ਕਰਕੇ ਬਹਿ ਗਏ, ਕੀ ਕਹਿਣ ਲੱਗੇ? ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਕਮਾਈ ਵੱਡੀ ਹੈ, ਹੁਣ ਪੁੱਛੋ ਭਾਈ ਗੁਰਦਾਸ ਸਾਹਿਬ ਨੂੰ ਕਿ ਗੁਰੂ ਨਾਨਕ ਮਹਾਰਾਜ ਦੇ ਕੋਲ ਕਿਹੜਾ ਯੰਤਰ ਸੀ, ਕਿਹੜਾ ਮੰਤਰ ਸੀ, ਜਾਂ ਕਿਹੜਾ ਤਵੀਤ ਸੀ, ਕਿਹੜਾ ਸ਼ਬਦ ਸੀ ਜਿਹਦੇ ਨਾਲ ਸਿੱਧਾਂ 'ਤੇ ਫਤਿਹ ਪਾਈ? ਤੂੰ ਤੁਹਾਨੂੰ ਦੱਸਣਗੇ, ਸ਼ਬਦ ਜੀਤੀ ਸਿੱਧ ਸਮੰਡਲੀ ਕੀਤੋ ਸਾਬਣਾ ਪੰਥ ਨਿਰਾਲਾ। ਉਹਨਾਂ ਕੋਲ ਸ਼ਬਦ ਦੀ ਤਾਕਤ ਸੀ, ਬਾਣੀ ਦੀ ਤਾਕਤ ਸੀ, ਅਤੇ ਸਾਰਿਆਂ 'ਤੇ ਫਤਿਹ ਪਾ ਲਈ। ਫਿਰ ਪੰਜਵਾਂ ਸਵਾਲ ਜਿਹੜਾ ਉਹਨਾਂ ਨੇ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਕੀਤਾ, ਕਹਿਣ ਲੱਗੇ ਤੁਸੀਂ ਗ੍ਰਿਸਤੀ ਹੋ, ਸਿੱਖ ਵੀ ਗ੍ਰਿਸਤੀ ਨੇ, ਇਹਨਾਂ ਦੇ ਪਾਰ ਉਤਾਰੇ ਵਾਸਤੇ ਤੁਹਾਡੇ ਕੋਲ ਕੀ ਹੈ? ਤਾਂ ਮਹਾਰਾਜ ਨੇ ਉੱਥੇ ਵਚਨ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਹ ਜਵਾਬ ਦਿੱਤਾ। ਹੁਣ ਸੱਚੇ ਪਾਤਸ਼ਾਹ ਜੀ ਨੇ ਖੁਦ ਬਾਣੀ ਲਿਖੀ, ਆਪ ਵੀ ਲਿਖੀ ਗੁਰੂ ਨਾਨਕ ਮਹਾਰਾਜ ਨੇ, ਜਿਵੇਂ ਉਹਨਾਂ ਦਾ ਇੱਕ ਵਚਨ ਹੈ ਜੀ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਆਖਣ ਔਖਾ ਸਾਜਾ ਨਾਓ। ਇਹਦੀ ਉਥਾਨਕਾ ਪੜ੍ਹਿਓ ਕਦੇ, ਜਿਹੜੀ ਉਥਾਨਕਾ ਨੇ ਇਹਦੀ, ਇਹ ਸਵਾਲ ਜਵਾਬ ਮਾਤਾ ਨਾਲ ਹੋ ਰਹੇ ਨੇ। ਮਾਤਾ ਨਾਲ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਜੇ ਨਾਮ ਕੀ, ਉਤ ਭੁੱਖੈ ਖਾਏ ਸੁੱਗ ਵਿਸਰੈ ਸਾਜਾ ਸਾਹਿਬ। ਹੁਣ ਤੀਜਾ ਤਾਂ ਕੋਈ ਹੈ ਨਹੀਂ ਸੀ ਗੁਰੂ ਨਾਨਕ ਮਹਾਰਾਜ ਦੇ ਘਰ 'ਚ ਜਿਹਨੇ ਬਾਣੀ ਲਿਖਤੀ ਹੋਵੇ, ਮਹਾਰਾਜ ਜੀ ਨੇ ਆਪ ਬਾਣੀ ਲਿਖੀ। ਕਦੇ ਜਨਮ ਸਾਖੀ ਪੜ੍ਹੋ, ਜਨਮ ਸਾਖੀ ਦਾ ਕਰਤਾ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਭਾਈ ਮਨਸੁਖ ਸਹਿਦਿਓ ਕੋਹੋਂ ਹੱਸੂ ਲੁਹਾਰ, ਉਹ ਵੀ ਬਾਣੀ ਮਹਾਰਾਜ ਜੀ ਕਿਤੇ ਕਿਤੇ ਲਿਖਿਆ ਕਰਦੇ ਸੀ। ਅਤੇ ਗੁਰੂ ਨਾਨਕ ਮਹਾਰਾਜ ਜਿੱਥੇ ਵੀ ਗਏ ਉਹਨਾਂ ਕੋਲ ਕਾਗਜ਼ਾਂ ਦੀ ਗੱਥੀ ਵੀ ਹੁੰਦੀ ਸੀ, ਉਹਨਾਂ ਕੋਲ ਸਿਆਹੀ ਵੀ ਹੁੰਦੀ ਸੀ, ਉਹਨਾਂ ਕੋਲ ਕਲਮ ਵੀ ਹੁੰਦੀ ਸੀ, ਨਾਲ ਹੀ ਲੈ ਕੇ ਚੱਲਦੇ ਸੀ। ਜਿਹੜੀ ਬਾਣੀ ਉਚਾਰਦੇ ਸੀ ਲਿਖ ਲੈਂਦੇ ਸੀ, ਉਹ ਬਾਣੀ ਦਾ ਖਜ਼ਾਨਾ ਵੀ ਉਹਨਾਂ ਦੇ ਕੋਲ ਸੀ। ਇਹ ਵੀ ਗਵਾਹੀ ਭਾਈ ਗੁਰਦਾਸ ਭਰਦੇ ਨੇ ਜਦੋਂ ਸੱਚੇ ਪਾਤਸ਼ਾਹ ਮੱਕੇ ਦੀ ਧਰਤੀ 'ਤੇ ਗਏ, ਕੀ ਕਹਿੰਦੇ? ਆਸਾ ਹੱਥ, ਆਸਾ ਸੋਟੇ ਨੂੰ ਕਹਿੰਦੇ ਨੇ। ਹੁਣ ਤਾਂ ਕਹਿੰਦੇ ਜੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਕਈ ਕਹਿੰਦੇ ਗੁਰੂ ਨਾਨਕ ਦੇ ਸਿੱਖ ਹਾਂ, ਗੱਲ ਉਲਝ ਗਈ। ਉਹ ਕਹਿੰਦੇ ਵੀਰ ਰਸ ਦੀ ਗੱਲ ਨਾ ਕਰੋ, ਠੰਡੀ ਜੀ ਗੱਲ ਕਰਿਆ ਕਰੋ। ਪਰ ਗੁਰੂ ਨਾਨਕ ਮਹਾਰਾਜ ਦਾ ਜੀਵਨ ਜਦੋਂ ਪੜ੍ਹੋਗੇ ਤਾਂ ਉਹ ਵੀ ਵੀਰ ਰਸੀ ਨੇ। ਪਰ ਸਿੱਖ ਨੂੰ ਪਤਾ ਹੋਵੇ ਵੀਰ ਰਸ ਕਦੋਂ ਵਰਤਣਾ ਹੈ, ਸ਼ਾਂਤ ਰਸ ਕਦੋਂ ਵਰਤਣਾ ਹੈ। ਜਦੋਂ ਸੱਚੇ ਪਾਤਸ਼ਾਹ ਮੱਕੇ ਗਏ ਉਹਨਾਂ ਦੇ ਹੱਥ ਵਿੱਚ ਵੀ ਸੋਟਾ ਸੀ ਗੁਰੂ ਨਾਨਕ ਮਹਾਰਾਜ ਜੀ ਦੇ। ਆਸਾ ਹੱਥ ਕਿਤਾਬ ਕਸ਼, ਕਿਤਾਬ ਅਹਿਲੇ ਕਿਤਾਬ, ਮੁਸਲਮਾਨ ਵੀਰ ਪਵਿੱਤਰ ਪੋਥੀ ਨੂੰ ਕਿਤਾਬ ਕਹਿੰਦੇ ਨੇ। ਆਸਾ ਹੱਥ ਕਿਤਾਬ ਕਸ਼। ਇੱਕ ਬੇਨਤੀ ਹੋਰ ਕਰਾਂ, ਰੁਕ ਕੇ ਸਮਝਿਓ। ਜਿਵੇਂ ਗੁਰੂ ਸਾਹਿਬਾਨਾਂ ਦੇ ਨਾਮ ਵੀ ਬਦਲੇ, ਥਾਮ ਵੀ ਬਦਲੇ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵੀ ਬਦਲਿਆ, ਸ਼ਬਦ ਦਾ ਟਿਕਾਣਾ ਵੀ ਬਦਲਿਆ। ਤੁਸੀਂ ਕਹੋਗੇ ਕਿਵੇਂ? ਪਹਿਲਾ ਜਿਹੜਾ ਨਾਮ ਹੈ ਨਾ ਭਾਈ ਗੁਰਦਾਸ ਨੇ ਵਰਤਿਆ, ਉਹ ਵਰਤਿਆ ਜੀ ਕਿਤਾਬ, ਉਹਨਾਂ ਦੀ ਬੋਲੀ ਵਿੱਚ ਜਿਹੜੇ ਇਸਲਾਮੀ ਦੁਨੀਆ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਕਿਹਾ ਸੀ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ
ਕਿ ਮੁਸਲਮਾਨ ਹੋਏ। ਇੱਥੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਮਹਾਰਾਜ ਦੇ ਕੋਲ ਬਾਣੀ ਦਾ ਖਜ਼ਾਨਾ ਨਾਲ ਹੀ ਰੱਖਦੇ ਸੀ। ਉਹ ਕਹਿੰਦੇ ਦੱਸ ਤੂੰ, ਸਾਨੂੰ ਤਾਂ ਪਤਾ ਸਾਡੇ ਘਰ ਦਾ, ਪਰ ਤੁਸੀਂ ਇਸ ਪੋਥੀ ਨੂੰ, ਕਿਤਾਬ ਨੂੰ ਖੋਲ੍ਹ ਕੇ ਦੱਸੋ ਰੱਬ ਦੇ ਘਰ ਵਿੱਚ ਹਿੰਦੂ ਵੱਡੇ ਨੇ ਕਿ ਮੁਸਲਮਾਨ। ਅਤੇ ਮਹਾਰਾਜ ਨੇ ਚਿਹਰੇ ਨਹੀਂ ਸੀਗੇ ਨੇ, ਵੋਟਾਂ ਨਹੀਂ ਸੀ ਦੇਖੀਆਂ ਵੀ ਕਿੰਨੀਆਂ ਨੇ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਅਤੇ ਕੀ ਕਿਹਾ ਸੀ ਪਾਤਸ਼ਾਹ ਨੇ, ਕਹਿੰਦੇ ਵੀ ਰੱਬ ਦੇ ਘਰ ਦੇ ਵਿੱਚ ਆਹ ਗੱਲਾਂ ਨਹੀਂ ਚੱਲਦੀਆਂ, ਉੱਥੇ ਕਰਮ ਚੱਲਦਾ। ਕਰਮ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਤੇ ਹੁਣ ਜੋ ਦਾਸ ਬੇਨਤੀ ਕਰਦਾ ਸੀ, ਜਿਹੜਾ ਪਹਿਲਾ ਨਾਮ ਹੈ ਨਾ ਗੁਰੂ ਅੰਗਦ ਮਹਾਰਾਜ ਦਾ, ਉਹ ਭਾਈ ਲਹਿਣਾ ਸੀ। ਭਾਈ ਲਹਿਣੇ ਤੋਂ ਗੁਰੂ ਅੰਗਦ ਬਣੇ, ਕਰਤਾਰਪੁਰ ਸਾਹਿਬ ਤੋਂ ਚੱਲੇ ਖਡੂਰ ਸਾਹਿਬ ਆ ਗਏ ਜਦੋਂ ਗੁਰਤਾਗਤੀ ਹੋਈ। ਤੀਜੇ ਪਾਤਸ਼ਾਹ ਦਾ ਪਹਿਲਾ ਨਾਮ ਬਾਬਾ ਅਮਰਦਾਸ ਸੀ। ਜਦੋਂ ਗੁਰਤਾਗਤੀ ਹੋਈ, ਖਡੂਰ ਤੋਂ ਚੱਲੇ ਗੋਇੰਦਵਾਲ ਸਾਹਿਬ ਆ ਗਏ। ਪਹਿਲੇ ਗੁਰੂਆਂ ਦੇ ਨਾਮ ਵੀ ਬਦਲੇ, ਥਾਮ ਵੀ ਬਦਲੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਬਾਣੀ ਦਾ, ਜੋ ਇਸਲਾਮੀ ਲੋਕਾਂ ਨੇ ਕਿਹਾ ਸੀ, ਉਹ ਆਇਆ ਜੀ ਕਿਤਾਬ। ਅਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਨਾਮ ਹੈ, ਪੋਥੀ ਪਰਮੇਸ਼ਰ ਕਾ। ਬੋਲੋ ਜੀ, ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਇਸ ਪੋਥੀ ਵਿੱਚ, ਬਾਣੀ ਵਿੱਚ ਰੱਬ ਆਪ ਵੱਸਦਾ, ਇਹ ਟਿਕਾਣਾ ਹੈ, ਥਾਂ ਹੈ ਰੱਬ ਦਾ, ਪੋਥੀ ਪਰਮੇਸ਼ਰ ਕਾ ਥਾਨ। ਤੀਸਰਾ ਫਿਰ ਸ਼ਬਦ ਆਉਂਦਾ ਹੈ ਗ੍ਰੰਥ ਸਾਹਿਬ, ਜਿਵੇਂ ਕਿ ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ। ਚੌਥਾ ਜਿਹੜਾ ਨਾਮ ਹੈ ਫਿਰ ਨੰਦੇੜ ਦਿੱਤਾ ਗਿਆ, ਕਲਗੀਧਰ ਨੇ ਦਿੱਤਾ, ਉਹ ਕੀ ਸੀ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਚਾਰ ਨਾਮ, ਕਿਤਾਬ, ਪੋਥੀ, ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ। ਨਾਮ ਵੀ ਬਦਲੇ, ਥਾਮ ਵੀ ਬਦਲੇ। ਪਹਿਲਾਂ ਪੋਥੀਆਂ ਦੇ ਵਿੱਚ ਬਾਣੀ ਸੀ, ਹੁਣ ਭਗਤ ਕਬੀਰ ਸਾਹਿਬ ਦੀ ਬਾਣੀ ਕਿੱਥੇ ਸੀ? ਉਹਨਾਂ ਦੇ ਕੋਲ ਸੀ। ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ, ਭਗਤ ਨਾਮਦੇਵ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ, ਵੱਖ ਵੱਖ ਭਗਤਾਂ ਦੀ ਬਾਣੀ ਉਹਨਾਂ ਦੇ ਕੋਲ ਸੀ। ਅਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਇੱਕ ਪੋਥੀ ਵਿੱਚ ਸੀ, ਗੁਰੂ ਅੰਗਦ ਮਹਾਰਾਜ ਦੇ 63 ਸਲੋਕ ਇੱਕ ਪੋਥੀ ਵਿੱਚ ਸੀ, ਤੀਸਰੇ ਪਾਤਸ਼ਾਹ ਦੀ ਬਾਣੀ ਇੱਕ ਪੋਥੀ ਵਿੱਚ ਸੀ, ਵੱਖ ਵੱਖ ਪੋਥੀਆਂ 'ਚ ਬਾਣੀ ਸੀ। ਅਤੇ ਹੁਣ ਕੀ ਹੋਇਆ? ਜਦੋਂ ਗੁਰੂ ਸਾਹਿਬਾਨ ਅੱਗੇ ਤੋਂ ਅੱਗੇ ਗੁਰਤਾਗਤੀ ਦਿੰਦੇ ਸੀ ਨਾ, ਤਾਂ ਬਾਣੀ ਦਾ ਖਜ਼ਾਨਾ ਵੀ ਨਾਲ ਜਾਂਦਾ ਸੀ, ਬਾਣੀ ਵੀ ਨਾਲ ਦਿੰਦੇ ਸੀ। ਉਹ ਸਮਾਂ ਆ ਗਿਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ। ਉਹਨਾਂ ਨੇ ਹੁਣ ਬਾਣੀ ਇਕੱਤਰ ਕਰੀ ਇੱਕ ਜਗ੍ਹਾ 'ਤੇ, ਸੰਕਲਨ ਵੀ ਕੀਤਾ, ਸੰਕਲਨ ਹੁੰਦਾ ਇਕੱਠਾ ਕਰਨਾ, ਸੰਪਾਦਨ ਹੁੰਦਾ ਵੀ ਤਰਤੀਬ ਵਾਰ ਬਾਣੀ ਨੂੰ ਲਿਖਣਾ, ਸੰਕਲਨ ਅਤੇ ਸੰਪਾਦਨ ਇਹ ਗੁਰੂ ਅਰਜਨ ਮਹਾਰਾਜ ਜੀ ਨੇ ਕਰਾਇਆ। ਕੀ ਲੋੜ ਪੈ ਗਈ ਸੀ? ਸਭ ਤੋਂ ਪਹਿਲੀ ਗੱਲ, ਕਿਹੜਾ ਵੀ ਵੱਖਰਾ ਧਰਮ ਹੈ, ਵੱਖਰੀ ਕੌਮ ਹੈ ਨਾ, ਉਹਦੇ ਕੋਲ 5 ਚੀਜ਼ਾਂ ਹੁੰਦੀਆਂ ਨੇ। ਇੱਕ ਧਾਰਾ ਹੈ ਭਾਰਤ ਦੀ, 25 ਧਾਰਾ, ਜਿਹੜੇ ਥੋੜ੍ਹੇ ਜਿਹੇ ਜਾਗਰੂਕ ਹੋਣਗੇ ਉਹਨਾਂ ਨੂੰ ਪਤਾ ਲੱਗੂ ਮੈਂ ਕੀ ਬੋਲ ਰਿਹਾ। 25 ਧਾਰਾ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਦੀ ਇੱਕ ਲਹਿਰ ਦੱਸਦੀ ਹੈ। ਉਹ ਕਹਿੰਦੇ ਬੋਧੀ ਵੀ ਸਾਡੇ ਵਿੱਚੋਂ ਹੀ ਨੇ, ਜੈਨੀ ਵੀ ਸਾਡੇ ਵਿੱਚੋਂ ਨੇ, ਪਾਰਸੀ ਵੀ ਸਾਡੇ ਵਿੱਚੋਂ ਨੇ, ਅਤੇ ਸਿੱਖ ਵੀ ਸਾਡੇ ਵਿੱਚੋਂ ਨੇ। ਗੱਲ ਪੈ, ਪਰ ਤੁਸੀਂ UNO ਦਾ ਚਾਰਟ ਪੜ੍ਹੋ, ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਕਿਸੇ ਵੀ ਭਾਈਚਾਰੇ ਕੋਲ 5 ਚੀਜ਼ਾਂ ਵੱਖਰੀਆਂ ਹੋਣ, ਉਹ ਵੱਖਰੀ ਕੌਮ ਅਤੇ ਵੱਖਰਾ ਧਰਮ ਕਹਾ ਸਕਦਾ।
ਪਹਿਲੀ, ਉਹਨਾਂ ਦਾ ਧਰਮ ਬਾਨੀ ਆਪਣਾ ਹੋਵੇ। ਧਰਮ ਦਾ ਬਾਨੀ ਕੌਣ ਨੇ ਜੀ? ਸਾਡੇ ਧੰਨ ਸਾਹਿਬ ਸ੍ਰੀ ਗੁਰੂ, ਸੁਚੇਤ ਹੋ ਕੇ ਬੈਠੋ ਥੋੜ੍ਹਾ ਜਿਹਾ, ਧੰਨ ਸਾਹਿਬ ਸ੍ਰੀ ਗੁਰੂ ਇਹ ਆਪਣੇ ਧਰਮ ਦੇ ਬਾਨੀ ਨੇ, ਅਤੇ ਉਹਦੀ ਲਿਪੀ ਆਪਣੀ ਹੋਵੇ। ਅਤੇ ਸਾਡੀ ਲਿਪੀ ਕਿਹੜੀ ਹੈ? ਗੁਰਮੁਖੀ ਲਿਪੀ ਹੈ। ਫਿਰ ਅੱਗੇ ਉਹਦੇ ਵਿੱਚ ਲਿਖਿਆ ਹੋਇਆ ਵੀ ਉਹਨਾਂ ਦਾ ਸੱਭਿਆਚਾਰ ਵੀ ਆਪਣਾ ਹੋਵੇ। ਇਹ ਹੁਣ ਬਹੁਤ ਵਿਸ਼ਾਲ ਵਿਸ਼ਾ ਹੈ ਸੱਭਿਆਚਾਰ ਦਾ। ਹੁਣ ਸਾਡੇ ਜਿਹੜੇ ਸੰਸਕਾਰ ਨੇ, ਵੀ ਬੱਚੇ ਦਾ ਜਿਹੜਾ ਜਨਮ, ਜਦੋਂ ਜਨਮ ਹੁੰਦਾ ਸਾਡੇ ਘਰ ਦੀ ਮਰਿਆਦਾ ਹੋਰ ਹੈ, ਬੱਚੇ ਦਾ ਆਨੰਦ ਕਾਰਜ ਹੁੰਦਾ ਉਦੋਂ ਸਾਡੀ ਮਰਿਆਦਾ ਹੋਰ ਹੈ। ਅੱਗੇ ਚੱਲੋ ਅਤੇ ਜਦੋਂ ਗੁਰੂ ਕੇ ਸਵਾਰਿਓ ਕੋਈ ਪ੍ਰਾਣੀ ਚੜ੍ਹਾਈ ਕਰਦਾ ਉਦੋਂ ਸਾਡੀ ਮਰਿਆਦਾ ਹੋਰ ਹੈ। ਸਾਡਾ ਸੱਭਿਆਚਾਰ, ਸਾਡੀ ਮਰਿਆਦਾ ਬਾਕੀਆਂ ਨਾਲੋਂ ਵੱਖਰੀ ਹੈ। ਚੌਥਾ ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਦਾ ਧਾਰਮਿਕ ਗ੍ਰੰਥ ਵੀ ਆਪਣਾ ਹੋਵੇ, ਕਿਸੇ ਦੀ ਨਕਲ ਨਾ ਕਰਦੇ ਹੋਣ। ਅਤੇ ਹੁਣ ਕੀ ਚੱਲਦਾ, ਚਾਰ ਪੰਗਤੀਆਂ ਇੱਧਰੋਂ ਲੈ ਲਈਆਂ, ਚਾਰ ਇੱਧਰੋਂ ਲੈ ਲਈਆਂ, ਚਲੋ ਜੀ ਸਾਡਾ ਧਰਮ ਬਣ ਗਿਆ। ਇਹ ਚੱਲ ਰਿਹਾ ਨਾ ਹੁਣ, ਇਹ ਚੱਲਣ ਲੱਗ ਗਿਆ। ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਇੱਕ ਢਾਲ ਬਣਾ ਲਿਆ। ਅਤੇ ਸਾਡੇ ਵਰਗੇ ਭੋਲੇ ਭਾਲੇ ਲੋਕ ਦੇਖੋ ਜੀ, ਉਹ ਵੀ ਤਾਂ ਸ਼ਬਦ ਦੀ ਵਿਆਖਿਆ ਕਰਦੇ ਨੇ, ਉਹ ਵੀ ਸ਼ਬਦ ਦਾ ਕੀਰਤਨ ਕਰਦੇ ਨੇ, ਕਰਦੇ ਨੇ, ਪਰ ਵਿੱਚ ਨੀਅਤ ਕਿਹੜੀ ਹੈ? ਚੋਗਾ ਤਾਂ ਦੋਏ ਲੋਕ ਪਾਉਂਦੇ ਆ ਨਾ, ਕਦੇ ਨਦੀ ਦੇ, ਨਹਿਰ ਦੇ, ਦਰਿਆ ਦੇ ਕਿਨਾਰੇ ਇੱਕ ਪਰਉਪਕਾਰੀ ਵੀ ਜਾਂਦਾ, ਉਹਨੇ ਵੀ ਬੋਝੇ ਵਿੱਚ ਚੋਗਾ ਪਾਇਆ ਅਤੇ ਮੱਛੀਆਂ ਨੂੰ ਪਾ ਦਿੱਤਾ ਉਹਨੇ ਚੋਗਾ। ਮੱਛੀਆਂ ਆਈਆਂ ਇੱਕੋ ਜਗ੍ਹਾ 'ਤੇ ਇਕੱਠੀਆਂ ਹੋਈਆਂ, ਉੱਥੇ ਇੱਕ ਸ਼ਿਕਾਰੀ ਲੱਗਿਆ ਜਾ ਰਿਹਾ ਸੀ, ਉਹਨੇ ਨੋਟ ਕਰ ਲਿਆ ਵੀ ਜੇ ਚੋਗਾ ਪਾਵਾਂਗੇ ਮੱਛੀਆਂ ਆਉਣਗੀਆਂ। ਮੈਂ ਵੇਖ ਲਿਆ, ਅਗਲੇ ਦਿਨ ਉਹ ਵੀ ਆ ਗਿਆ। ਮੱਛੀਆਂ ਨੂੰ ਵਿਚਾਰੀਆਂ ਨੂੰ ਕੀ ਪਤਾ ਵੀ ਇਹ ਪਰਉਪਕਾਰੀ ਹੈ ਜਾਂ ਸ਼ਿਕਾਰੀ ਹੈ। ਉਹਨੇ ਜੀ ਚੋਗਾ ਪਾਇਆ, ਪਰ ਉਹ ਇਕੱਲਾ ਚੋਗਾ ਥੋੜ੍ਹਾ ਲੈ ਕੇ ਆਇਆ ਸੀ, ਉਹ ਜਾਲ ਵੀ ਲੈ ਕੇ ਆਇਆ ਸੀ ਨਾ। ਉਹਨੇ ਚੋਗਾ ਵੀ ਪਾ ਤਾ, ਉਹਨੇ ਜਾਲ ਵੀ ਪਾ ਤਾ, ਅਤੇ ਚੋਗਾ ਪਾਉਣ ਤੋਂ ਬਾਅਦ ਜਾਲ ਪਾ ਕੇ ਮੱਛੀਆਂ ਨੂੰ ਬਾਹਰ ਕੱਢ ਲਿਆ। ਅੱਗੇ ਤੁਹਾਨੂੰ ਪਤਾ ਹੀ ਹੈ ਫਿਰ ਮੱਛੀਆਂ ਨਾਲ ਕੀ ਬਣਿਆ ਹੋਊਗਾ। ਇਸੇ ਤਰ੍ਹਾਂ 'ਚ ਬਹੁਤ ਇਸ ਤਰ੍ਹਾਂ ਦੀਆਂ ਸਾਡੇ ਘਰ ਦੇ ਵਿੱਚ ਚਿੱਟੀਆਂ ਭੇਡਾਂ ਆ ਗਈਆਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੱਕ ਉਹਨਾਂ ਨੇ ਚੋਗਾ ਬਣਾਇਆ ਹੋਇਆ ਹੈ। ਚੋਗਾ ਬਾਣੀ ਇੱਧਰੋਂ ਵਰਤਣੀ ਹੈ, ਜੋੜਨਾ ਆਪਣੇ ਸਰੀਰਾਂ ਨਾਲ ਹੈ। ਦੇਹਧਾਰੀ ਗੁਰੂ ਜਿਹੜਾ ਸਿਸਟਮ ਹੈ ਨਾ, ਜੋੜਦੇ ਆਪਣੇ ਸਰੀਰਾਂ ਨਾਲ ਨੇ, ਬਾਣੀ ਦੀ ਵਰਤੋਂ ਕਰਦੇ ਨੇ। ਤਾਂ ਦਾਸ ਬੇਨਤੀ ਕਰਦਾ ਸੀ ਕਿ ਜੂ ਐਨ ਓ ਦਾ ਜਿਹੜਾ ਚਾਰਟ ਹੈ ਨਾ, ਉਹਦੇ ਵਿੱਚ ਪੰਜ ਚੀਜ਼ਾਂ ਨੇ, ਉੱਥੇ ਚੌਥੀ ਇਹ ਲਿਖੀ ਹੋਈ ਹੈ ਵੀ ਉਹਨਾਂ ਦਾ ਆਪਣਾ ਵੱਖਰਾ ਧਾਰਮਿਕ ਗ੍ਰੰਥ ਹੋਵੇ, ਅਤੇ ਪੰਜਵੀਂ ਚੀਜ਼ ਉਹਦੇ ਵਿੱਚ ਲਿਖੀ ਹੈ ਵੀ ਉਹਨਾਂ ਦੀ ਆਪਣੀ ਵੱਖਰੀ ਪਹਿਚਾਣ ਹੋਵੇ। ਅਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਦਿੱਤੀ ਹੈ ਫਿਰ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਤੇ ਬਹੁਤ ਦੂਰ ਅੰਦੇਸੀ ਸੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਜੀ ਦੀ। ਹੁਣ ਜਿਨ੍ਹਾਂ ਨੇ ਇਹ ਬਾਣੀ ਸੰਕਲਨ ਕਰਾਈ ਹੈ, ਕਾਰਨ ਕੀ ਬਣਿਆ? ਪਹਿਲਾ ਕਾਰਨ ਇਹ ਸੀ, ਹਰੇਕ ਕੌਮ ਦੇ ਕੋਲ ਆਪਣਾ ਧਾਰਮਿਕ ਗ੍ਰੰਥ ਵੱਖਰਾ ਹੁੰਦਾ ਹੈ। ਪਹਿਲਾਂ ਵੱਖ ਵੱਖ ਪੋਥੀਆਂ 'ਚ ਬਾਣੀ ਪਈ ਸੀ, ਮਹਾਰਾਜ ਨੇ ਚਾਹਿਆ ਵੀ ਇਹਨੂੰ ਹੁਣ ਇੱਕ ਗ੍ਰੰਥ ਵਿੱਚ ਇਕੱਠਾ ਕਰ ਦਈਏ। ਪਹਿਲਾ ਕਾਰਨ ਹੈ। ਦੂਜਾ, ਪਾਤਸ਼ਾਹ ਨੂੰ ਪਤਾ ਸੀ ਕਿ ਆਹ ਜਿਹੜੇ ਸਾਡੇ ਸਰੀਰ ਨੇ ਨਾ, ਇਹਨੇ 10 ਜਾਮੇ ਧਾਰਨ ਕਰਨੇ ਆ, ਅਤੇ ਉਦੋਂ ਬਾਅਦ ਇਹ ਜਿਹੜਾ ਸਰੀਰਕ ਜੰਮ ਹੈ ਇਹ ਸਿਸਟਮ ਨੂੰ ਅਸੀਂ ਬੰਦ ਕਰ ਦੇਣਾ, ਕਿਉਂਕਿ ਸਰੀਰ ਜੰਮਦਾ ਵੀ ਹੈ ਅਤੇ ਸਰੀਰ ਮਰਦਾ ਵੀ ਹੈ, ਸਰੀਰ ਆਉਂਦਾ ਵੀ ਹੈ ਅਤੇ ਸਰੀਰ ਜਾਂਦਾ ਵੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ।
ਤੇ ਡਾਕਟਰ ਭਾਈ ਵੀਰ ਸਿੰਘ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ। ਉਹ ਕਹਿੰਦਾ ਕਹਿੰਦਾ ਦਸ ਗੁਰੂ ਸਾਹਿਬਾਨਾਂ ਦਾ ਜਿਹੜਾ ਆਗਮਨ ਹੋਇਆ ਨਾ, ਉਹ ਹੋਇਆ ਹੀ ਗੁਰੂ ਗ੍ਰੰਥ ਸਾਹਿਬ ਦੇ ਲਈ ਸੀ। ਠੀਕ ਹੈ ਕਿ ਸਮਝੋ ਬੇਨਤੀ ਨੂੰ, ਕਿੱਡੀ ਵੱਡੀ ਗੱਲ ਕਹਿਤੀ ਉਹਨਾਂ ਨੇ। ਕਹਿੰਦਾ ਦਸ ਗੁਰੂ ਸਾਹਿਬਾਨਾਂ ਦਾ ਆਗਮਨ ਹੋਇਆ ਹੀ ਗੁਰੂ ਗ੍ਰੰਥ ਸਾਹਿਬ ਦੇ ਲਈ ਸੀ। ਜਦੋਂ ਉਹਨਾਂ ਨੇ ਤੁਰਕੀ ਬਾਣੀ ਦਾ ਖਜ਼ਾਨਾ ਦੁਨੀਆਂ ਨੂੰ ਦੇਤਾ, ਫਿਰ ਵਚਨ ਕਰਤਾ ਵੀ ਅਸੀਂ ਬਾਣੀ ਦੇ ਵਿੱਚ ਹਾਂ। ਆਗੇ ਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੀਜਾ ਜਿਹੜਾ ਕਾਰਨ ਬਣਿਆ ਬਾਣੀ ਨੂੰ ਸੰਕਲਨ ਕਰਨ ਦਾ ਤੇ ਸੰਪਾਦਨ ਕਰਨ ਦਾ, ਇੱਕ ਦਿਨ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਆ ਕੇ ਬੇਨਤੀ ਕਰਨ ਲੱਗਿਆ। ਕਹਿੰਦਾ ਪਾਤਸ਼ਾਹ ਜੀ, ਇੱਕ ਸਿੱਖ ਬੋਲਿਓ ਜ਼ੋਰ ਕਰ, ਸਤਿਗੁਰੂ ਜੀ ਬੇਨਤੀ ਸੁਣ ਲੀਜੈ। ਪਿਰਥੀਆ ਆਦਿਕ ਆਪਰ ਜੋ ਤਿਸ ਕਰਮ ਲਖੀਜੈ, ਆਪ ਬਨਾਵਤ ਸ਼ਬਦ ਬਹੁ ਬਹੁ ਮਤ ਅਨੁਸਾਰੀ, ਗੁਰ ਨਾਨਕ ਕੋ ਨਾਮ ਸ਼ੁਭ ਧਰ ਦੇਤ ਮਝਾਰੀ। ਜਿਹੜਾ ਬਾਬਾ ਪਿਰਥੀ ਚੰਡ ਸੀ ਨਾ, ਵੀ ਉਹਨੇ ਬੜੇ ਯਤਨ ਕੀਤੇ ਵੀ ਮੈਂ ਗੁਰੂ ਬਣ ਜਾਂ। ਇੱਥੋਂ ਤੱਕ ਇਹਨੇ ਨਕਲੀ ਹਰਿਮੰਦਰ ਵੀ ਬਣਾਇਆ ਸੀ। ਦਰਬਾਰ ਸਾਹਿਬ ਦੀ ਪਹਿਲੀ ਨਕਲ ਕਿਹਨੇ ਕੀਤੀ ਜੀ? ਬਾਬੇ ਪਿਰਥੀ ਚੰਦ ਨੇ। ਹੇਰਾ ਪਿੰਡ ਆਪਣੇ ਸਹੁਰੇ ਨਕਲੀ ਹਰਿਮੰਦਰ ਵੀ ਤਿਆਰ ਕੀਤਾ ਸੀ ਇਹਨੇ। ਫਿਰ ਇਹਨੇ ਤਾਕਤ ਵੀ ਲਾ ਲਿਆ ਸੀ, ਚੰਦੋਆ ਵੀ, ਚੌਰ ਵੀ, ਨਕਲੀ ਮਸੰਦ ਵੀ ਰੱਖ ਲਏ ਸੀ, ਸਭ ਕੁਝ ਇਹਨੇ ਹੱਥ ਕੰਡੇ ਵਰਤੇ। ਇੱਕ ਦਿਨ ਆਪਣੇ ਪੁੱਤ ਨੂੰ ਕਹਿੰਦਾ, ਮਿਹਰਬਾਨ ਨੂੰ ਕਹਿੰਦਾ, ਬਾਕੀ ਸਾਰਾ ਕੁਝ ਮੇਰਾ ਬਾਕੀ ਗੁਰੂਆਂ ਵਾਂਗੂੰ ਹੋ ਗਿਆ, ਪਰ ਇੱਕ ਮੇਰੇ 'ਚ ਘਾਟ ਹੈ। ਉਹਦਾ ਪੁੱਤ ਕਹਿੰਦਾ, ਬਾਪੂ ਦੱਸ ਕਿਹੜੀ? ਕਹਿੰਦਾ ਵੀ ਮੈਨੂੰ ਬਾਣੀ ਉਚਾਰਨੀ ਨਹੀਂ ਆਉਂਦੀ। ਮਿਹਰਬਾਨ ਕਹਿੰਦਾ, ਕੋਈ ਗੱਲ ਨਹੀਂ, ਇਹ ਘਾਟ ਪੂਰੀ ਆਪਾਂ ਕਰਾਂਗੇ। ਅਤੇ ਪੜ੍ਹੋ ਵਸਾਵਲੀ ਨਾਮਾ ਕੇਸਰ ਸਿੰਘ ਛਿੱਬਰ ਦਾ। ਮਿਹਰਬਾਨ ਪੁੱਤਰ ਪਿਰਥੀਏ ਕਾ, ਮਿਹਰਬਾਨ ਪੁੱਤਰ ਪਿਰਥੀਏ ਕਾ ਕਵੀਸਰੀ ਕਰੇ, ਮਤਲਬ ਕਵਿਤਾ ਰਚਦਾ ਹੁੰਦਾ ਸੀ। ਸੰਸਕ੍ਰਿਤ, ਹਿੰਦਵੀ, ਅਰਬੀ, ਫਾਰਸੀ ਪੜ੍ਹੇ, ਕਈ ਭਾਸ਼ਾਵਾਂ ਦਾ ਗਿਆਤਾ ਵੀ ਸੀ। ਤਿੰਨ ਵੀ ਬਾਣੀ ਬਹੁਤ ਬਣਾਈ, ਸੋ ਵੀ ਭੋਗ ਨਾਨਕ ਜੀ ਕਾ ਹੀ ਪਾਈ। ਉਹਨੇ ਕਵਿਤਾ ਰਚਨੀ, ਅਖੀਰਲੀ ਤੁਕ 'ਤੇ ਜਾ ਕੇ ਨਾਨਕ ਪਦ ਦੀ ਮੋਹਰ ਲਾ ਦਿੰਦਾ ਸੀ ਉਹ, ਨਾਨਕ ਪਦ ਦੀ ਮੋਹਰ। ਇੱਥੇ ਇੱਕ ਮਿੰਟ ਹੋਰ ਰੁਕਣਾ। ਪਹਿਲੇ ਪਾਤਸ਼ਾਹ ਜੀ ਦੇ ਜਿਹੜੀ ਕੁਲਸੀ ਖਾਨਦਾਨ ਸੀ, ਕਿਹੜਾ ਸੀ ਜੀ? ਤਿੰਨ ਬੇਦੀਆਂ ਨੇ ਕੀ ਪ੍ਰਗਟੇ ਨਾਨਕ ਰਾਏ, ਉਹ ਬੇਦੀਆਂ 'ਚੋਂ ਆਏ ਨੇ। ਦੂਸਰੇ ਆਏ ਤਰੇਨਾ 'ਚੋਂ, ਤੀਸਰੇ ਆਏ ਭੱਲਿਆਂ 'ਚੋਂ, ਚੌਥੇ ਆਏ ਸੋਢੀਆਂ 'ਚੋਂ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬਹੁਤ ਗੌਰ ਲਾ ਕੇ ਸੁਣੋ ਬੇਨਤੀ ਨੂੰ। ਜਦੋਂ ਦੂਜੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਹੋਈ, ਉਹ ਬੇਦੀਆਂ ਤੋਂ ਚੱਲ ਕੇ ਤਰੇਨਾ 'ਚ ਆ ਗਈ। ਤੀਜੇ ਤਰੇਨਾ ਤੋਂ ਚੱਲ ਕੇ ਭੱਲਿਆਂ 'ਚ ਆ ਗਈ, ਭੱਲਿਆਂ ਤੋਂ ਚੱਲ ਕੇ ਸੋਢੀਆਂ 'ਚ ਆ ਗਈ। ਹੁਣ ਕੀ ਹੋ ਰਿਹਾ ਜੀ? ਅਸਲੀ ਗੁਰੂ ਵੀ ਸੋਢੀਆਂ 'ਚ ਹੈ, ਨਕਲੀ ਗੁਰੂ ਵੀ ਸੋਢੀਆਂ 'ਚ ਹੈ। ਜਿਹੜਾ ਅਸਲੀ ਗੁਰੂ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ, ਉਹ ਵੀ ਸੋਢੀਆਂ 'ਚੋਂ ਨੇ। ਅਤੇ ਜਿਹੜਾ ਨਕਲੀ ਬਣ ਕੇ ਬਹਿ ਗਿਆ ਬਾਬਾ ਪਿਰਥੀ ਚੰਡ, ਉਹ ਵੀ ਸੋਢੀਆਂ 'ਚੋਂ। ਹੁਣ ਸੰਗਤ ਕਿੱਧਰ ਜਾਵੇ? ਨਕਲੀ ਵੀ ਉਹਨਾਂ 'ਚੋਂ, ਅਸਲੀ ਵੀ ਉਹਨਾਂ 'ਚੋਂ। ਅਤੇ ਉਹ ਆ ਕੇ ਸਿੱਖ ਨੇ ਬੇਨਤੀ ਕਰਤੀ, ਮਹਾਰਾਜ ਵੀ ਗੌਰ ਕਰੋ, ਆਹ ਕੁਛ ਹੋਣ ਲੱਗ ਗਿਆ। ਤੀਸਰਾ ਕਾਰਨ ਇਹ ਬਣਿਆ। ਚੌਥਾ ਕਾਰਨ, ਸੱਚੇ ਪਾਤਸ਼ਾਹ ਜੀ ਨੇ ਜਿਹੜਾ ਦੇਹਧਾਰੀ ਸਿਸਟਮ ਸੀ ਨਾ, ਇਹਨੂੰ ਬੰਦ ਕਰਨਾ ਸੀ। ਇਹ ਦਸ ਜਾਮੇ ਹੀ ਧਾਰਨ ਕਰਨੇ ਸੀ, ਮੁੜ ਕੇ ਯੁੱਗੋ ਯੁੱਗ ਅਟੱਲ ਪਾਤਸ਼ਾਹ ਦੇ ਨਾਲ ਅਸਾਂ ਨੂੰ ਜੋੜ ਦੇਣਾ ਸੀ। ਇਹ ਚਾਰ ਪੰਜ ਕਾਰਨ ਸੀ।
ਹੁਣ ਜਿਹੜੇ ਗੁਰੂ ਨੇ ਬਾਣੀ ਇਕੱਤਰ ਕਰਵਾਈ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਨਾਨੇ ਗੁਰੂ ਦਾ ਬਚਨ ਕੀ ਹੈ ਜੀ? ਦੋਹੇ ਥਾਂ ਇਹ ਬਚਨ ਸੀ ਨਾ ਬਚਪਨ ਚ, ਵੀ ਇਹ ਕਰਨਾ ਇਹਨੇ ਕਾਰਜ ਵੱਡੇ ਹੋ ਕੇ। ਦੋਹੇ ਥਾਂ ਇਹ ਮੇਰਾ ਦੋਹਤਾ ਹੈ, ਨਾਮ ਬਾਣੀ ਦਾ ਜਹਾਜ਼ ਤਿਆਰ ਕਰੂਗਾ, ਇਹਨੇ ਤਿਆਰ ਕਰਨਾ ਹੈ। ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਇੱਕੋ ਇੱਕ ਗੁਰੂ ਨੇ, ਇੱਕੋ ਇੱਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਹਨਾਂ ਦੀ ਸਭ ਤੋਂ ਪਹਿਲਾਂ ਜਿਹੜੀ ਸ਼ਹੀਦੀ ਹੁੰਦੀ ਹੈ ਉਹ ਹੁੰਦੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਹੈ। ਨੋਟ ਕਰਿਓ, ਜਿਸ ਦਿਨ ਦਰਬਾਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੋ ਗਿਆ ਸੀ ਨਾ, ਭਾਦਰੋਂ ਸੁਦੀ ਏਕਮ ਸੰਨ 1604 ਨੂੰ ਹੋਇਆ ਸੀ ਪ੍ਰਕਾਸ਼, ਅਤੇ ਮਹਾਰਾਜ ਦੀ ਸ਼ਹੀਦੀ ਉਹ ਵਕਤ 30 ਮਈ ਸੰਨ 1606 ਦੀ ਹੈ। 2 ਸਾਲ ਵੀ ਨਹੀਂ ਸੀ ਪਏ ਕਿ ਮਹਾਰਾਜ ਦੀ ਸ਼ਹੀਦੀ ਹੋ ਗਈ ਸੀ, ਕਿਉਂਕਿ ਪਹਿਲਾਂ ਜਿਹੜੇ ਭਗਤ ਜਨ ਸੀ ਉਹ ਵੱਖ ਵੱਖ ਜਗ੍ਹਾ 'ਤੇ ਬੈਠੇ ਸੀ। ਕਬੀਰ ਸਾਹਿਬ, ਰਵਿਦਾਸ ਸਾਹਿਬ ਕਾਂਸੀ 'ਚ ਬੋਲ ਰਹੇ ਨੇ, ਨਾਮਦੇਵ ਜੀ ਮਹਾਰਾਸ਼ਟਰ 'ਚ ਬੈਠੇ ਨੇ, ਇਸੇ ਤਰ੍ਹਾਂ ਭਗਤ ਪੀਪਾ ਜੀ ਉਹ ਰਾਜਸਥਾਨ 'ਚ ਬੈਠੇ ਨੇ, ਬਾਬਾ ਫਰੀਦ ਸਾਹਿਬ ਪਾਕਪਟਨ ਬੈਠੇ ਨੇ। ਪਰ ਹੁਣ ਕੀ ਕੀਤਾ ਮਹਾਰਾਜ ਨੇ? ਸਾਰੇ ਇਕੱਠੇ ਕਰਤੇ, ਧਰਮਾਂ ਦੇ, ਜਾਤਾਂ ਦੇ, ਫਿਰਕਿਆਂ ਦੇ ਬੈਰੀਕੇਡ ਤੋੜਤੇ, ਇੱਕ ਜਗ੍ਹਾ 'ਤੇ ਸਾਰੇ ਇਕੱਠੇ ਹੋ ਕੇ ਬਹਿ ਗਏ। ਹਕੂਮਤਾਂ ਲਈ ਏਕਾ ਹੀ ਸਭ ਤੋਂ ਵੱਡਾ ਖਤਰ ਹੈ, ਹਕੂਮਤਾਂ ਲਈ ਏਕਾ ਹੀ ਸਭ ਤੋਂ ਵੱਡਾ ਖਤਰਾ ਹੈ। ਜਹਾਂਗੀਰ ਅਤੇ ਉਹ ਵਕਤ ਦੇ ਕੱਟੜ ਜਿਹੜੇ ਵਿਪਰਵਾਦੀ ਸੋਚ ਦੇ ਮਾਲਕ ਸੀ, ਉਹਨਾਂ ਨੇ ਕਿਹਾ ਵੀ ਹੁਣ ਹਰ ਰੋਜ਼ ਇਹ ਦਰਬਾਰ ਸਾਹਿਬ ਦੇ ਵਿੱਚੋਂ ਬੋਲਿਆ ਕਰਨਗੇ ਹਰ ਰੋਜ਼। ਮਹਾਰਾਜ ਦੀ ਸ਼ਹੀਦੀ ਗੁਰੂ ਅਰਜਨ ਮਹਾਰਾਜ ਦਾ ਸਭ ਤੋਂ ਵੱਡਾ ਕਾਰਨ ਹੈ, ਜਿਹੜਾ ਬਾਕੀ ਕਾਰਨ ਦੂਜੇ ਨੰਬਰ 'ਤੇ ਨੇ। ਮੁੱਖ ਕਾਰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇੱਕ ਵਚਨ ਸੀ ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਅਤੇ ਦੂਸਰਾ ਮਹਾਰਾਜ ਨੇ ਦੇਖੋ, ਇੱਕ ਹੁੰਦਾ ਸ਼ਬਦ ਦਾ ਮਰਨਾ, ਇੱਕ ਹੁੰਦਾ ਸ਼ਬਦ ਲਈ ਮਰਨਾ, ਫਰਕ ਹੈ ਨਾ ਜੀ। ਸਾਡੇ ਸ਼ਬਦਾਂ ਨੇ ਮਰ ਜਾਣਾ, ਅਸੀਂ ਵੀ ਮਰ ਜਾਣਾ, ਸਾਡੇ ਸ਼ਬਦਾਂ ਨੇ ਵੀ ਮਰ ਜਾਣਾ। ਪਰ ਇੱਧਰ ਕੀ ਹੋਇਆ, ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਆਪਣਾ ਸਰੀਰ ਪਰੇ ਕਰ ਲੂੰਗਾ, ਪਰ ਇਹ ਸ਼ਬਦ ਨੂੰ ਨਹੀਂ ਮਰਨ ਦਊਂਗਾ ਮੈਂ। ਜਹਾਂਗੀਰ ਕਹਿੰਦਾ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਵਿੱਚ ਵਡਿਆਈ ਪਾ ਦਿਉ, ਤੁਹਾਨੂੰ ਛੱਡ ਦਾਂਗੇ, ਅਤੇ ਮਹਾਰਾਜ ਨੇ ਕਬੂਲ ਨਹੀਂ ਕੀਤਾ। ਪੰਜਵੇਂ ਪਾਤਸ਼ਾਹ ਨੇ 33 ਤਵੀ 'ਤੇ ਲਾਇਆ ਚੌਂਕੜਾ, ਅਤੇ ਬਚਨ ਕੀ ਆ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੈਂ ਬੇਨਤੀ ਕਰ ਰਿਹਾ ਵੀ ਇਹ ਬਾਣੀ ਇਕੱਤਰ ਹੋਈ ਹੈ ਕੀ ਕਾਰਨ ਨੇ, ਜਿਨ੍ਹਾਂ ਨੇ ਬਾਣੀ ਲਿਖਵਾਈ ਉਹਨਾਂ ਦਾ ਜੀਵਨ ਕੀ ਹੈ। ਅੱਗੇ ਜਿਸ ਜਗ੍ਹਾ 'ਤੇ ਹੁਣ ਗੁਰੂ ਕੇ ਪਿਆਰਿਓ ਬਾਣੀ ਦਾ ਪ੍ਰਕਾਸ਼ ਹੋ ਰਿਹਾ, ਉਹ ਜਗ੍ਹਾ ਦੀ ਮਹਿਮਾ ਕੀ ਹੈ? ਸਾਡੇ ਕੋਲ ਨਨਕਾਣਾ ਸਾਹਿਬ ਵੀ ਪਹਿਲਾਂ ਸੀ, ਜਿੱਥੇ ਜਾਏ ਵਹੈ ਮੇਰਾ ਸੁਥਾਨ ਸੁਹਾਵਾ, ਸਤਿਕਾਰਯੋਗ ਹੈ ਉਹ, ਸਤਿਕਾਰਯੋਗ ਹੈ ਸਥਾਨ। ਸਤ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ। ਸਾਡੇ ਕੋਲ ਖਡੂਰ ਸਾਹਿਬ ਵੀ ਹੈ, ਸਾਡੇ ਕੋਲ ਗੋਇੰਦਵਾਲ ਸਾਹਿਬ ਵੀ ਹੈ, ਸਾਡੇ ਕੋਲ ਚੂਨਾ ਮੰਡੀ ਲਾਹੌਰ ਵੀ ਹੈ, ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਤਿਆਰ ਕਰਵਾਇਆ। 1587 ਵਿੱਚ ਇਹਦੀ ਨੀਂਹ ਰੱਖੀ ਸੀ ਜੀ, 1601 ਵਿੱਚ ਤਿਆਰ ਹੋ ਗਿਆ ਸੀ। 14 ਸਾਲ ਲੱਗੇ ਨੇ, 14 ਸਾਲ ਲਗਭਗ ਦਰਬਾਰ ਸਾਹਿਬ ਬਣਨ ਨੂੰ। ਕਿਹਦੇ ਲਈ ਤਿਆਰ ਹੋਇਆ ਸੀ ਇਹ?
ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਲਈ 14 ਸਾਲਾਂ 'ਚ ਤਿਆਰ ਹੋਇਆ ਤੇ ਕਰਵਾਇਆ ਕਿਹਦੇ ਲਈ? ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਹੀ ਤਿਆਰ ਕਰਾਇਆ ਸੀ ਦਰਬਾਰ ਸਾਹਿਬ ਨੂੰ। ਗੁਰੂਆਂ ਨੇ ਆਪਣੇ ਹਯਾਤੀ ਵਿੱਚ ਆਪਣੀ ਦੇਖ ਰੇਖ ਦੇ ਵਿੱਚ, ਅੱਗੇ ਹੋਰ ਸੁਣਿਓ, ਇੱਕੋ ਇੱਕ ਅਸਥਾਨ ਹੈ ਜਿੱਥੇ ਕਿਸੇ ਵੀ ਗੁਰੂ ਸਾਹਿਬਾਨ ਨੇ ਤਾਕਤ ਲਾ ਕੇ ਬੈਠੇ ਨਹੀਂ, ਤੇ ਤਾਕਤ ਅੱਜ ਵੀ ਨਹੀਂ ਉੱਥੇ, ਉੱਥੇ ਥੜਾ ਨਹੀਂ ਆ ਕੋਈ। ਨੋਟ ਕਰਨੀਆਂ ਗੱਲਾਂ, ਆਮ ਕੀ ਹੁੰਦਾ, ਆਪਣੇ ਵੀ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਥੜੇ 'ਤੇ ਕੀਤਾ ਨਾ ਬਣਾ ਕੇ, ਉੱਚਾ ਥੜਾ ਬਣਾ ਲਿਆ ਫਿਰ ਪ੍ਰਕਾਸ਼ ਹੈ, ਪਰ ਉੱਥੇ ਕੀ ਹੈ? ਕੋਈ ਥੜਾ ਨਹੀਂ ਹੈ ਉੱਥੇ, ਨਾ ਕੋਈ ਤਾਕਤ ਫੋਰਸ ਹੈ, ਐਨ ਜਿਵੇਂ ਫਰਸ਼ ਬਾਕੀ ਹੈ, ਉਹ ਵੀ ਸੱਚੇ ਪਾਤਸ਼ਾਹ ਜੀ ਦਾ ਪੀੜਾ ਰੱਖ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਨਾ ਪਹਿਲੇ ਗੁਰੂਆਂ ਨੇ ਤਾਕਤ ਲਾਏ ਉੱਥੇ। ਤੀਸਰੀ ਖੂਬੀ ਕੀ ਹੈ? ਖੂਬੀਆਂ ਬਹੁਤ ਨੇ ਪਰ ਮੈਂ ਵਿਸ਼ੇਸ਼ ਜਿਹੜੀਆਂ ਮੁੱਖ ਨੇ ਉਹ ਬੇਨਤੀ ਕਰ ਰਿਹਾ। ਤੀਸਰੀ ਖੂਬੀ ਇਹ ਹੈ ਦਰਬਾਰ ਸਾਹਿਬ ਦੀ, ਉੱਥੇ ਅੱਜ ਤੱਕ ਕਿਸੇ ਵੀ ਗੁਰੂ ਸਾਹਿਬਾਨ ਦਾ ਆਗਮਨ ਨਹੀਂ ਹੋਇਆ ਸਰੀਰ ਦਾ, 10 ਪਾਤਸ਼ਾਹੀਆਂ ਵਿੱਚੋਂ ਨਾ 10 ਪਾਤਸ਼ਾਹੀਆਂ ਵਿੱਚੋਂ ਕੋਈ ਗੁਰੂ ਸਾਹਿਬਾਨ ਉੱਥੇ ਜੋਤੀ ਜੋਤ ਸਮਾਇਆ, ਨਾ ਹੀ ਅੱਜ ਤੱਕ ਉੱਥੇ ਮ੍ਰਿਤਕ ਦਾ ਪਾਠ ਹੋਇਆ। ਹੋਰ ਸੁਣੋ, ਜਿਸ ਦਿਨ ਇਹ ਤਿਆਰ ਹੋਇਆ ਸੀ ਨਾ, ਕੋਈ ਵੀ ਕੱਚੀ ਇੱਟ ਇਹਦੇ ਵਿੱਚ ਨਹੀਂ ਸੀ ਲਾਈ, ਅਤੇ ਜਿਹੜੇ ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇੱਕ ਵੀ ਕੱਚੀ ਬਾਣੀ ਦੀ ਧੋਕੇ ਇਹਦੇ 'ਚ ਨਹੀਂ ਪਾਈ, ਉਹ ਵੀ ਪੂਰਾ, ਇਹ ਵੀ ਪੂਰਾ। ਅਤੇ ਜਿਹੜਾ ਦਰਬਾਰ ਸਾਹਿਬ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਦਾ ਹੈ। ਕਿਵੇਂ? ਤੁਸੀਂ ਕੋਈ ਵੀ, ਇੱਧਰ ਚਰਚਾਂ ਬਹੁਤ ਨੇ ਤੁਹਾਡੇ, ਬਹੁਤ ਚਰਚਾਂ ਨੇ, ਪਹਿਲਾਂ ਬਣਾਉਣਗੇ ਥੜਾ ਉੱਚਾ, ਫਿਰ ਚਰਚ ਬਣੂਗੀ, ਸਾਰਿਆਂ ਨੂੰ ਪਤਾ ਤੁਹਾਨੂੰ, ਪਹਿਲਾਂ ਥੜਾ ਬਣੂਗਾ ਜੀ, ਫਿਰ ਉੱਪਰ ਚਰਚ ਬਣਾਉਣਗੇ। ਇਹ ਇੱਕੋ ਇੱਕ ਸਾਡਾ ਘਰ ਹੈ ਦਰਬਾਰ ਸਾਹਿਬ, ਸਾਰਾ ਸ਼ਹਿਰ ਉੱਚੀ ਜਗ੍ਹਾ 'ਤੇ ਹੈ ਅਤੇ ਦਰਬਾਰ ਸਾਹਿਬ, ਪੌੜੀਆਂ ਉੱਤਰ ਕੇ ਜਾਓਗੇ, ਕਿਉਂ? ਕਿਉਂਕਿ ਬਾਣੀ ਕਹਿੰਦੀ ਹੈ, ਨੀਚਾਂ ਅੰਦਰ ਨੀਚੀ ਹੂੰ ਨਾਨਕ ਤਿਨਕੈ ਵੱਡਿਆਂ ਸਿਉਂ ਕਿਆ, ਜਿੱਥੇ ਨੀਚ ਤਿੱਥੇ ਨਾਦਰ ਤੇਰੀ ਬਖਸੀਸ। ਹੋਰ ਸੁਣੋ, ਕੋਈ ਵੀ ਮੰਦਰ ਵੇਖ ਲਿਓ, ਉਹਦੇ 3 ਦਰਵਾਜ਼ੇ ਬੰਦ ਰਹਿਣਗੇ, ਇੱਕ ਹੀ ਖੁੱਲ੍ਹਾ ਹੋਊਗਾ, ਅਤੇ ਜਿਹੜਾ ਖੁੱਲ੍ਹਾ ਹੋਊਗਾ ਉਹਦਾ ਮੂੰਹ ਦੱਖਣ ਵੱਲ ਹੋਊਗਾ, ਮੰਦਰ ਦਾ ਦਰਵਾਜ਼ਾ, ਜਿਹੜਾ ਹੋ ਮਸੀਤ ਦਾ ਮਸਜਿਦ ਦਾ ਉਹਦਾ ਉਹ ਦਰਵਾਜ਼ਾ ਖੋਲ੍ਹਣਗੇ ਪੱਛਮ ਵਾਲਾ, ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲਹੁਮ ਕਾਬਾ। 3 ਦਰਵਾਜ਼ੇ ਬੰਦ, ਇੱਕ ਦੱਖਣ ਵੱਲ ਖੋਲ੍ਹ ਲਿਆ ਇੱਕ ਨੇ ਖੋਲ੍ਹ ਲਿਆ ਪੱਛਮ ਵੱਲ, ਇੱਧਰ 4 ਦਰਵਾਜ਼ੇ ਨੇ, ਚਾਰੇ ਦੇ ਚਾਰੇ ਖੁੱਲ੍ਹੇ, ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਦਰਵਾਜ਼ੇ ਨੇ 4 ਅਤੇ ਪੁਲ ਹੈ ਇੱਕ, ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਪੁਲ ਹੈ ਇੱਕ। ਔਰ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਲਿਖੀ ਨਾ, ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਆਹ ਕਲਮ ਪਹਿਲਾਂ ਮੈਨੂੰ ਦਿਓ। ਮਹਾਰਾਜ ਨੇ ਕੀ ਪਾਇਆ ਜੀ? ਇੱਕ ਓਅੰਕਾਰ, ਇੱਕ 524 ਬਾਰੇ ਸ਼ਬਦ ਆਉਂਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਉਂ ਪਾਇਆ ਇੰਨੀ ਵਾਰੀ? ਹਾਲਾਂਕਿ ਮੂਲ ਮੰਤਰ ਦੇ ਵੱਖ ਵੱਖ ਰੂਪ ਆਉਣਗੇ,
ਇੱਕ ਵਾਰੀ ਤਾਂ ਪੂਰਾ ਆਉਂਦਾ ਆਪਾਂ ਪੜ੍ਹਦੇ ਹਾਂ, ਨਾਨਕ ਹੋਸੀ ਭੀ ਸੱਚ ਤੱਕ, ਬਾਕੀ ਸੰਖੇਪ ਆਊਗਾ, ਬਹੁਤ ਜਗ੍ਹਾ 'ਤੇ ਸੰਖੇਪ ਆਉਣਾ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਆਉਂਦਾ 524 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਿਉਂ? ਪਾਤਸ਼ਾਹ ਜੀ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ, ਬਾਣੀ ਵਿੱਚ ਗੱਲ ਦਮੋਦਰ ਦੀ ਵੀ ਹੋਣੀ ਹੈ, ਕ੍ਰਿਸ਼ਨ ਦੀ ਵੀ ਹੋਣੀ ਹੈ, ਰਾਮ ਦੀ ਵੀ ਹੋਣੀ ਹੈ, ਵਿਸ਼ਨੂੰ ਦੀ ਵੀ ਹੋਣੀ ਹੈ, ਕਾਮ ਧੇਨ ਦੀ ਵੀ ਹੋਣੀ ਹੈ, ਪਾਰ ਜਾਤ ਦੀ ਵੀ ਗੱਲ ਹੋਣੀ ਹੈ, ਵੱਖ ਵੱਖ ਦੇਵਤਿਆਂ ਦੀ ਹੋਣੀ ਹੈ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਸਾਡੇ ਘਰ ਦਾ ਦਮੋਦਰ ਇੱਕ ਹੀ ਹੈ, ਤੜਾਗੀ ਵਾਲਾ ਨਹੀਂ। ਦਮੋਦਰ ਦੇ ਅਰਥ ਪੜ੍ਹ ਲਿਓ ਕੀ ਨੇ ਕੁਸ਼ਚਨ 'ਚ, ਤੜਾਗੀ ਵਾਲਾ। ਸਾਡੇ ਘਰ ਦਾ ਕ੍ਰਿਸ਼ਨ ਇੱਕ ਪਰਮਾਤਮਾ ਹੀ ਹੈ, ਸਾਡੇ ਘਰ ਦਾ ਰਾਮ ਬੋਲੋ ਜੀ ਇੱਕ ਪਰਮਾਤਮਾ ਹੀ ਹੈ, ਇੱਕ ਪਰਮਾਤਮਾ। ਅਸੀਂ ਦੂਜੇ ਨੂੰ ਮੰਨਦੇ ਹੀ ਨਹੀਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਏਕੋ ਹੈ ਭਾਈ ਏਕੋ ਹੈ, 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 ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਸੋ ਮੈਂ। ਇੱਕੋ ਇੱਕ ਅਸਥਾਨ ਹੈ ਸਾਡਾ ਜੋ ਸਾਡੀ ਸਿੱਖੀ ਦਾ ਧੁਰ ਹੈ, ਉਹ ਹੈ ਦਰਬਾਰ ਸਾਹਿਬ। ਕਿਉਂ? ਕਿਉਂਕਿ ਸਭ ਤੋਂ ਪਹਿਲਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਦੂਰ ਚਲਾ ਗਿਆ, ਬਾਣੀ ਤੋਂ ਦੂਰ ਚਲਾ ਗਿਆ, ਉਹ ਆਪਣੀ ਕੇਂਦਰੀ ਧੁਰੇ ਤੋਂ ਟੁੱਟ ਗਿਆ। ਉਹ ਅੱਜ ਵੀ ਗਿਆ, ਉਹ ਕੱਲ੍ਹੋਂ ਵੀ ਗਿਆ। ਜਿੱਥੇ ਪ੍ਰਕਾਸ਼ ਕੀਤਾ ਉਹ ਅਸਥਾਨ ਦੀਆਂ ਖੂਬੀਆਂ ਕੀ ਸੀ? ਕਿਉਂਕਿ ਉਹ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੈ। ਬਹੁਤ ਕੁਛ ਹੈ ਜੋ ਮੈਂ ਬੋਲ ਸਕਦਾ, ਪਰ ਸਮੇਂ ਦੀ ਲਿਮਿਟ ਹੈ। ਔਰ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਜੀ ਨੇ ਬਾਣੀ ਲਿਖਵਾਈ, ਕਿਹੜਾ ਸਥਾਨ ਚੁਣਿਆ ਜੀ? ਰਾਮਸਰ ਸਰੋਵਰ ਦਾ ਕੰਢਾ। ਕੀ ਕਾਰਨ ਸੀ? ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਗਰਮੀ ਵੀ ਪੈਂਦੀ ਹੈ ਅਤੇ ਸਭ ਤੋਂ ਜ਼ਿਆਦਾ ਠੰਡ ਵੀ ਪੈਂਦੀ ਹੈ। ਉੱਥੇ ਹੁਣ ਦਰੱਖਤਾਂ ਦਾ ਝੁੰਡ ਸੀ। ਜੇ ਹੁਣ ਸਰਦੀ ਜ਼ਿਆਦਾ ਹੋਊਗੀ, ਹੱਥ ਕੰਬਣਗੇ, ਅੱਖਰ ਸਿੱਧੇ ਨਹੀਂ ਲਿਖੇ ਜਾਣਗੇ। ਜੇ ਗਰਮੀ ਜ਼ਿਆਦਾ ਹੋਊਗੀ, ਪਸੀਨਾ ਆਊਗਾ, ਅਤੇ ਜਿਹੜੇ ਕਾਗਜ਼ ਦੇ ਉੱਪਰ ਬਾਣੀ ਲਿਖੀ ਜਾ ਰਹੀ ਹੈ, ਪਸੀਨਾ ਉੱਥੇ ਵੀ ਆਉਣਾ। ਦੇਖੋ ਮਹਾਰਾਜ, ਦੂਰੋਂ ਦੇਸੀ ਰਾਮਸਰ ਸਰੋਵਰ ਦਾ ਕੰਢਾ ਮਹਾਰਾਜ ਨੇ ਚੁਣ ਲਿਆ। ਉੱਥੇ ਕਨਾਤਾਂ ਲਵਾ ਲਈਆਂ। ਕਾਰਜ ਕਦੋਂ ਸ਼ੁਰੂ ਹੋਇਆ ਜੀ? 1601 ਵਿੱਚ। ਲਗਭਗ 3 ਸਾਲ ਇਹ ਕਾਰਜ ਚੱਲਦਾ ਗਿਆ। ਅਤੇ ਭਾਈ ਬੰਨੋ, ਇਹ ਕੌਣ ਸੀ? ਭਾਈ ਬੰਨੋ ਨੂੰ ਦੋ ਮਹਾਰਾਜ ਨੇ ਜ਼ਿੰਮੇਵਾਰੀਆਂ ਦਿੱਤੀਆਂ ਸੀ। ਕਹਿੰਦੇ ਇੱਕ ਤੂੰ ਕਲਮਾਂ ਘੜਨੀਆਂ ਨੇ, ਇੱਕ ਸਿਆਹੀ ਬਣਾਉਣੀ ਹੈ।
ਉਹ ਕਲਮਾਂ ਘਟਦਾ ਸੀ, ਇੱਕ ਕਲਮ ਨਾਲ ਇੱਕ ਅੰਗ ਲਿਖਦੇ ਸੀ। ਕਿਉਂ? ਜਦੋਂ ਕਲਮ ਲਿਖਦੀ ਜਾਂਦੀ ਹੈ ਲਿਖਦੀ ਜਾਂਦੀ ਹੈ, ਮੂੰਹ ਚੌੜਾ ਹੋ ਜਾਂਦਾ ਹੈ ਅਤੇ ਦਰਖਤ ਜਿਹੜਾ ਅੱਖਰਾਂ ਦਾ ਆਕਾਰ ਹੈ ਵੱਧ ਜਾਂਦਾ ਹੈ। ਧਿਆਨ ਰੱਖਿਆ, ਇੱਕ ਕਲਮ ਨਾਲ ਇੱਕ ਅੰਗ, ਇੱਕ ਪੱਤਰਾ ਲਿਖਣਾ। ਫਿਰ ਸਿਆਹੀ, ਸਿਆਹੀ ਕਿਵੇਂ ਤਿਆਰ ਕਰਦੇ ਸੀ, ਇਹ ਸਾਰਾ ਲਿਖਿਆ ਹੋਇਆ। ਕਿਵੇਂ ਸਿਆਹੀ ਤਿਆਰ ਹੋਣੀ? ਕਹਿੰਦੇ ਜੀ, ਤਾਂਬੇ ਦਾ ਭਾਂਡਾ ਲੈਣਾ, ਉਹਦੇ ਵਿੱਚ ਲਾਖ ਪਾਉਣੀ, ਉਹਦੇ ਵਿੱਚ ਗੂੰਦ ਪਾਉਣੀ, ਉਹਦੇ ਵਿੱਚ ਸੋਨੇ ਦਾ ਪੱਤਰਾ ਪਾਉਣਾ, ਫਿਰ ਤਿਲਾਂ ਦੇ ਤੇਲ ਦੀਆਂ ਬੂੰਦਾਂ ਪਾਉਣੀਆਂ, ਨਿੰਮ ਦੇ ਘੋਟਨੇ ਨਾਲ 20 ਦਿਨ ਘੋਟਣਾ, ਕਿਉਂਕਿ ਸੋਨੇ ਦਾ ਪੱਤਰ ਅੱਖਰਾਂ ਦੀ ਚਮਕ ਵਾਸਤੇ ਸੀ, ਵੀ ਅੱਖਰ ਚਮਕਣ। ਫਿਰ ਉਹ ਵੀ ਧਿਆਨ ਰੱਖਿਆ ਗਿਆ ਵੀ ਜਦੋਂ ਪੱਤਰ ਇੱਕ ਦੂਜੇ ਨਾਲ ਜੁੜਨਗੇ ਇਕੱਠੇ ਨਾ ਹੋਣ। ਫਿਰ ਇਹ ਵੀ ਧਿਆਨ ਰੱਖਿਆ ਵੀ ਕੀੜਾ ਮਕੌੜਾ ਕਿ ਕੋਲ ਨਾ ਆਵੇ, ਨਿੰਮ ਦਾ ਘੋਟਣਾ। 20 ਦਿਨ ਲੱਗਦੇ ਸੀ ਸਿਆਹੀ ਤਿਆਰ ਕਰਨ ਨੂੰ, ਘੋਟੀ ਜਾਂਦੇ ਸੀ। ਉਹ ਵੀ ਡਿਊਟੀ ਭਾਈ ਬੰਨੋ ਦੀ ਸੀ। ਅਤੇ ਤੁਹਾਨੂੰ ਬਾਬਾ ਬੁੱਢਾ ਸਾਹਿਬ ਨੂੰ ਕੀ ਕਿਹਾ? ਕਹਿੰਦੇ, ਮੇਰੇ ਵਾਲੀ ਜ਼ਿੰਮੇਵਾਰੀ ਤੇਰੀ ਹੈ। ਆਹ ਗੱਲ ਬਹੁਤ ਸਮਝਣ ਵਾਲੀ ਹੈ। ਇੱਕ ਕੰਮ ਸਿੱਖ ਕਦੇ ਕਰੀ ਨਹੀਂ ਸਕਦਾ, ਕਿਹੜਾ ਜੀ? ਨਾ ਤਾਂ ਗੁਰੂ ਦੇ ਬਰਾਬਰ ਤਾਕਤ ਲਾ ਕੇ ਬਹਿ ਸਕਦਾ, ਨਾ ਆਪਣੇ ਆਪ ਨੂੰ ਗੁਰੂ ਕਹਾ ਸਕਦਾ। ਪਰ ਇੱਥੇ ਗੁਰੂ ਨੇ ਕੀ ਕਿਹਾ? ਵੀ ਜੋ ਵੀ ਸੰਗਤ ਮੇਰੇ ਨਾਲ ਦੁੱਖ ਸੁੱਖ ਕਰਨ ਵਾਸਤੇ ਆਵੇ, ਬਾਬਾ ਬੁੱਢਾ ਸਾਹਿਬ, ਜ਼ਿੰਮੇਵਾਰੀ ਹੁਣ ਤੇਰੀ ਹੈ। ਛੋਟੀ ਗੱਲ ਥੋੜ੍ਹਾ ਕਿ ਗੁਰੂ ਨੇ ਆਪਣੇ ਵਾਲੀ ਜ਼ਿੰਮੇਵਾਰੀ ਧੰਨ ਬਾਬਾ ਬੁੱਢਾ ਸਾਹਿਬ ਨੂੰ ਦੇਤੀ ਹੋਵੇ, ਕਿੰਨੀਆਂ ਸੰਗਤ ਆਉਂਦੀਆਂ ਹੋਣਗੀਆਂ ਆਪਣੇ ਦੁੱਖ ਸੁੱਖ ਲੈ ਕੇ, ਅਤੇ ਧੰਨ ਬਾਬਾ ਬੁੱਢਾ ਸਾਹਿਬ ਦੇ ਨਾਲ ਉਹ ਸਾਂਝੀ ਵੀ ਕਰਦੇ ਹੋਣਗੇ ਦੁੱਖ ਸੁੱਖ ਆਪਣੇ। ਉਸ ਸਾਰੀ ਜ਼ਿੰਮੇਵਾਰੀ ਧੰਨ ਬਾਬਾ ਬੁੱਢਾ ਸਾਹਿਬ ਦੀ ਲਾਤੀ ਸੀ ਗੁਰੂ ਅਰਜਨ ਮਹਾਰਾਜ ਨੇ, ਉਹਨਾਂ ਨੇ ਨਿਭਾਈ ਇਹ ਸੇਵਾ ਵੀ ਕਰਾਈ ਧੰਨ ਬਾਬਾ ਬੁੱਢਾ ਸਾਹਿਬ ਨੇ, ਅਤੇ ਉਹ ਸੇਵਾ ਨਿਭਾਈ। ਔਰ ਜਿੰਨੀ ਦੇਰ ਤੱਕ ਬਾਣੀ ਲਿਖਦੇ ਗਏ, 3 ਸਾਲ ਦਾ ਸਮਾਂ ਹੈ, ਗੁਰੂ ਜੀ ਆਪਣੀ ਨਿੱਜੀ ਰਿਹਾਇਸ਼ 'ਤੇ ਨਹੀਂ ਗਏ। ਨੋਟ ਕਰਿਓ, ਕਿੱਥੇ ਸੀ ਨਿੱਜੀ ਰਿਹਾਇਸ਼? ਗੁਰੂ ਕੇ ਮਹਿਲ, ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਆ ਇਹ। 53 ਸਾਲ ਗੁਰੂ ਸਾਹਿਬਾਨਾਂ ਦਾ ਪਰਿਵਾਰ ਰਿਹਾ ਉੱਥੇ, 53 ਸਾਲ ਆਪਣੀ ਨਿੱਜੀ ਰਿਹਾਇਸ਼ 'ਤੇ ਨਹੀਂ ਗਏ। ਕਿੱਥੇ ਰਹੇ ਫਿਰ 3 ਸਾਲ? ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲ ਰਹੀ ਹੈ ਅੱਜ, ਉਹਨਾਂ ਦੇ ਸਤਿਕਾਰ ਦੀ ਗੱਲ ਹੈ, ਪਹਿਰੇਦਾਰੀ ਦੀ ਗੱਲ ਹੈ। ਆਪ ਮਹਾਰਾਜ ਨੇ ਕੀ ਪੂਰਨੇ ਪਾਏ? ਜਦੋਂ ਦਰਬਾਰ ਸਾਹਿਬ ਤਿਆਰ ਹੋਇਆ ਸੀ, ਦਾਸ ਨੇ ਪਹਿਲਾਂ ਬੇਨਤੀ ਕੀਤੀ, 14 ਸਾਲ ਲੱਗੇ ਨੇ, 1587 ਤੋਂ ਲੈ ਕੇ 1601 ਤੱਕ। ਅਤੇ ਜਦੋਂ ਨੀਹਾਂ ਪੁੱਟੀਆਂ ਗਈਆਂ, ਉਹ ਜਿਹੜੀ ਮਿੱਟੀ ਨਿਕਲੀ ਸੀ ਨਾ, ਉਹਦਾ ਇੱਕ ਕੋਠਾ ਤਿਆਰ ਕਰ ਲਿਆ ਸੀ। ਉਹਦਾ ਨਾਮ ਕੀ ਹੈ ਜੀ? ਗੁਰਦੁਆਰਾ ਕੋਠਾ ਸਾਹਿਬ। ਉਹਦਾ ਕੋਠਾ ਤਿਆਰ ਹੋ ਗਿਆ ਸੀ। ਜੋ ਬਾਣੀ ਰੋਜ਼ ਲਿਖਦੇ ਸੀ ਸੱਚੇ ਪਾਤਸ਼ਾਹ ਜੀ, ਉਸ ਬਾਣੀ ਨੂੰ ਆਪਣੇ ਕੋਲ ਲੈ ਕੇ ਕੋਠਾ ਸਾਹਿਬ ਆ ਜਾਂਦੇ ਸੀ, ਇੱਥੇ ਸਾਂਭਦੇ ਸੀ, ਅਗਲੇ ਦਿਨ ਫਿਰ ਉਹੀ ਬਾਣੀ ਲੈ ਕੇ ਪਹੁੰਚ ਜਾਣਾ, ਅਤੇ ਭਾਈ ਗੁਰਦਾਸ ਨੇ ਫਿਰ ਲਿਖਣਾ। ਪਹਿਰੇਦਾਰੀ ਕੀਤੀ ਹੈ ਮਹਾਰਾਜ ਨੇ, ਆਪ ਆਪਣੇ ਤੋਂ ਬਾਣੀ ਦੂਰ ਨਹੀਂ ਕੀਤੀ। ਕਿਉਂ? ਕੱਲ੍ਹ ਨੂੰ ਕੋਈ ਭੁੱਲਣ ਬੰਦਾ ਇਹ ਗੱਲ ਨਾ ਕਹਿੰਦੇ ਕਿ ਬਾਣੀ 'ਚ ਕੋਈ ਰਲਾਵਟ ਹੋਈ ਹੋਈ ਹੈ, ਬਾਣੀ 'ਚ ਕੋਈ। ਆਪ ਪਹਿਰੇਦਾਰੀ ਕੀਤੀ ਮਹਾਰਾਜ ਨੇ, ਅਤੇ ਜਦੋਂ ਸਾਰੀ ਬਾਣੀ ਲਿਖਵਾ ਲਈ, 15 ਦਿਨ ਲੱਗੇ ਸੀ ਤਤਕਰਾ ਤਿਆਰ ਹੋਣ ਦਾ। 2 ਤਤਕਰੇ ਨੇ, ਇੰਡੈਕਸ 2 ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਕ ਸ਼ਬਦਾਂ ਦਾ, ਇੱਕ ਰਾਗਾਂ ਦਾ। ਹੁਣ ਗੱਲ ਆ ਗਈ ਪ੍ਰਕਾਸ਼ ਕਰਨ ਦੀ। ਪ੍ਰਕਾਸ਼ ਕੌਣ ਕਰੇ? ਬਹੁਤ ਮਹਾਨ ਰੂਹਾਂ ਮਹਾਰਾਜ ਜੀ ਦੇ ਕੋਲ ਸੀ ਉਹਨਾਂ।
ਭਾਈ ਗੁਰਦਾਸ ਸਾਹਿਬ ਬਹੁਤ ਵੱਡੇ ਵਿਦਵਾਨ ਨੇ, ਕੋਈ ਘਾਟ ਨਹੀਂ ਜੀਵਨ 'ਚ, ਵਿਦਵਤਾ ਐਨ ਸਿਖਰ ਦੀ ਹੈ ਭਾਈ ਗੁਰਦਾਸ ਸਾਹਿਬ ਦੀ। ਪਰ ਨੋਟ ਕਰਿਓ, ਭਾਈ ਗੁਰਦਾਸ ਸਾਹਿਬ ਜੀ ਤੋਂ ਬਾਣੀ ਲਿਖਵਾਈ ਹੈ, ਤਾਬਿਆਂ ਨੂੰ ਬਿਠਾਏ। ਕਿਉਂ? ਕਾਰਨ ਕੀ ਸੀ? ਤੂੰ ਜਿੱਡਾ ਵੱਡਾ ਮਰਜ਼ੀ ਵਿਦਵਾਨ ਹੋਵੇਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਤਾਂ ਆਪਣੀ ਵਿਦਵਤਾ ਨੂੰ ਭੁੱਲ ਜੀ, ਸ਼ਰਧਾ 'ਚ ਆ ਜੀ, ਭਰੋਸੇ 'ਚ, ਅਕੀਦੇ 'ਚ। ਕਿਉਂ ਚੁਣਿਆ ਸੀ ਬਾਬਾ ਬੁੱਢਾ ਸਾਹਿਬ? ਅਗਲੀ ਗੱਲ, ਜਿਹੜਾ ਦਰਬਾਰ ਸਾਹਿਬ ਹੈ ਇਹ ਵੀ ਪੰਜ ਗੁਰੂਆਂ ਦੀ ਦੇਣ ਹੈ, ਅਤੇ ਜਿਹੜੀ ਹੁਣ ਤੱਕ ਬਾਣੀ ਸੰਕਲਨ ਹੋਈ ਹੈ, ਇਕੱਠੀ ਹੋਈ ਹੈ, ਉਹ ਵੀ ਪੰਜ ਸਦੀਆਂ ਦੀ ਹੈ। 1170 ਤੋਂ ਲੈ ਕੇ 1604 ਤੱਕ ਪੰਜ ਸਦੀਆਂ ਬਣਦੀਆਂ ਨੇ। ਦਰਬਾਰ ਸਾਹਿਬ ਵੀ ਪੰਜ ਗੁਰੂਆਂ ਦੀ ਦੇਣ, ਬਾਣੀ ਵੀ ਪੰਜ ਸਦੀਆਂ ਦੀ, ਅਤੇ ਜਿਹੜਾ ਸਿੱਖ ਤਾਬਿਆ ਬਿਠਾਉਣਾ ਉਹ ਵੀ ਪੰਜ ਗੁਰੂਆਂ ਦੀ ਸੰਗਤ ਕਰ ਚੁੱਕੇ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ। ਅਗਲਾ ਕੀ ਕਾਰਨ ਸੀ? ਜਿਸ ਦਿਨ ਗੁਰੂ ਅੰਗਦ ਮਹਾਰਾਜ ਨੂੰ ਗੁਰਤਾ ਗੱਦੀ ਹੋਈ ਸੀ, ਅਰਦਾਸ ਕਿਹਨੇ ਕੀਤੀ? ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਹੋਈ, ਅਰਦਾਸ ਕਿਹਨੇ ਕੀਤੀ? ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਜਿਸ ਦਿਨ ਗੁਰੂ ਅਰਜਨ ਮਹਾਰਾਜ ਨੂੰ ਗੁਰਤਾ ਗੱਦੀ ਹੋਈ, ਅਰਦਾਸ ਕਿਹਨੇ ਕੀਤੀ? ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਪਰ ਹੁਣ ਤਾਬਿਆ, ਉਹ ਵੀ ਧੰਨ ਬਾਬਾ ਬੁੱਢਾ ਸਾਹਿਬ ਜੀ। ਹੁਣ ਉੱਥੇ ਕੀ ਹੋਇਆ? ਜਦੋਂ ਸੱਚੇ ਪਾਤਸ਼ਾਹ ਜੀ ਹੁਣ ਬਾਣੀ ਨੂੰ ਲੈ ਕੇ ਚੱਲੇ ਨੇ, ਕਿੱਥੇ ਜੀ? ਦਰਬਾਰ ਸਾਹਿਬ ਦੇ ਵਿੱਚ। ਪਹਿਲੇ ਨਗਰ ਕੀਰਤਨ ਦੀ ਸ਼ੁਰੂਆਤ ਹੈ ਇਹ। ਜੇ ਤੁਹਾਨੂੰ ਕੋਈ ਪੁੱਛੇ ਵੀ ਸਿੱਖੋ ਤੁਸੀਂ ਨਗਰ ਕੀਰਤਨ ਕੱਢਦੇ ਹੋ, ਇਹਦਾ ਇਤਿਹਾਸ ਤਾਂ ਦੱਸ ਦਿਓ, ਇਹਦਾ ਇਤਿਹਾਸ ਕੀ ਹੈ, ਤਾਂ ਤੁਸੀਂ ਅੱਜ ਨੋਟ ਕਰਕੇ ਜਾਇਓ, ਜਿਸ ਦਿਨ ਦਰਬਾਰ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ, ਉਹ ਵੀ ਨਗਰ ਕੀਰਤਨ ਦੇ ਰੂਪ ਜੀ ਹੋਇਆ ਸੀ। ਹੁਣ ਲੈ ਕੇ ਚੱਲੇ ਨੇ। ਧੰਨ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਹ ਪੀੜਾ ਸਾਹਿਬ ਦੇ ਉੱਪਰ ਪੋਥੀ ਸਾਹਿਬ ਹੈ, ਗ੍ਰੰਥ ਸਾਹਿਬ ਹੈ, ਇਹ ਤੁਸੀਂ ਕਮਰ ਕਸਾ ਕਰਕੇ ਆਪਣੀ ਸੀਸ 'ਤੇ ਲੈਣਾ ਜੀ, ਸੱਤ ਵਚਨ। ਮਹਾਰਾਜ ਤੁਸੀਂ ਕਹਿੰਦੇ ਮੈਂ ਚੌਰ ਸਾਹਿਬ ਕਰੂੰਗਾ, ਗੁਰੂ ਅਰਜਨ ਮਹਾਰਾਜ ਕਹਿੰਦੇ ਮੈਂ ਚੌਰ ਸਾਹਿਬ ਕਰੂੰਗਾ, ਤੁਸੀਂ ਬਾਣੀ ਆਪਣੀ ਸੀਸ 'ਤੇ ਲੈਣੀ ਹੈ। ਕਹਿੰਦੇ ਜੀ ਸੱਤ ਵਚਨ। ਬਹੁਤ ਸੰਗਤਾਂ ਸੀ ਉੱਥੇ। ਕੀ ਹੋ ਰਿਹਾ ਜੀ ਹੁਣ? ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪੀੜਾ ਸਾਹਿਬ ਸਿਰ 'ਤੇ ਲੈ ਲਿਆ। ਕੀ ਕਹਿੰਦੇ? ਕਹਿੰਦੇ ਮਹਾਰਾਜ ਚੱਲੋ ਅੱਗੇ, ਕਿਉਂਕਿ ਪਹਿਲਾਂ ਜਦੋਂ ਵੀ ਤੁਸੀਂ ਚੱਲਦੇ ਸੀ ਤੁਸੀਂ ਅੱਗੇ ਚੱਲਦੇ ਹੋ, ਸੰਗਤਾਂ ਤੁਹਾਡੇ ਪਿੱਛੇ ਚੱਲਦੀਆਂ ਨੇ, ਅੱਜ ਵੀ ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਚੱਲਾਂਗੇ। ਗੁਰੂ ਅਰਜਨ ਮਹਾਰਾਜ ਕਹਿੰਦੇ ਬਾਬਾ ਜੀ ਸੰਗਤਾਂ ਮੇਰੇ ਪਿੱਛੇ ਕਿਉਂ ਚੱਲਦੀਆਂ ਰਹੀਆਂ? ਕਹਿੰਦੇ ਜੀ ਤੁਸੀਂ ਗੁਰੂ ਹੋ। ਕਹਿੰਦੇ ਬਸ ਫਿਰ ਆਹੀ ਗੱਲ ਹੈ, ਅੱਜ ਤੁਸੀਂ ਅੱਗੇ ਚੱਲੋਗੇ, ਮੈਂ ਪਿੱਛੇ ਚੱਲੂਗਾ, ਕਿਉਂਕਿ ਗੁਰੂ ਤੁਹਾਡੇ ਸੀਸ 'ਤੇ ਹੈ। ਮੈਂ ਚੌਰ ਕਰੂੰਗਾ ਅਤੇ ਤੁਸੀਂ ਪੀੜਾ ਸਾਹਿਬ ਲੈ ਕੇ ਅੱਗੇ ਚੱਲੋਗੇ। ਭੂਮ ਸੈਨ ਸਭ ਤਾਹਾਂ ਬਿਰਾਜੇ, ਗੁਰੂ ਗ੍ਰੰਥ ਮੰਜੀ ਪਰ ਸਾਜੇ। ਕੀਰਤਨ ਹੋ ਰਿਹਾ ਸੀ ਉੱਥੇ ਦਰਬਾਰ ਸਾਹਿਬ 'ਚ ਪਹਿਲਾਂ ਹੀ। ਅੱਜ ਵੀ ਉਹੀ ਮਰਿਆਦਾ, ਅੱਜ ਵੀ ਉਹੀ ਮਰਿਆਦਾ। ਪਹਿਲਾਂ ਕੀਰਤਨ ਹੋ ਰਿਹਾ ਸੀ, ਜਾ ਕੇ ਬਾਬਾ ਜੀ ਨੂੰ ਫਿਰ ਮਹਾਰਾਜ ਜੀ ਨੇ ਹੁਕਮ ਕੀਤਾ, ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ, ਆਦਬ ਸੰਗ ਗ੍ਰੰਥ ਤਬ ਖੋਲਾ, ਲੇਹੇ ਆਵਾਜ਼
ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਮਹਾਰਾਜ ਜੀ ਨੇ ਸੰਗਤ ਵਿੱਚ ਬਹਿ ਕੇ ਇਹ ਮੁੱਖ ਵਾਕ ਸੁਣਿਆ ਸੰਗਤਾਂ ਨੇ ਵੀ ਸੁਣਿਆ ਅਤੇ ਗੁਰੂ ਅਰਜਨ ਮਹਾਰਾਜ ਨੇ ਵੀ ਸ੍ਰੀ ਮੁੱਖ ਵਾਕ ਸੁਣਿਆ ਅਤੇ ਜਦੋਂ ਮੁੱਖ ਵਾਕ ਪੂਰਾ ਹੋ ਗਿਆ ਫਿਰ ਗੁਰੂ ਅਰਜਨ ਮਹਾਰਾਜ ਨੇ ਸੰਖੇਪ ਸ਼ਬਦ ਬੋਲੇ ਉਹ ਵੀ ਇਤਿਹਾਸ ਵਿੱਚ ਲਿਖੇ ਹੋਏ ਨੇ ਉਹ ਕੀ ਸੀ ਗੁਰ ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਂ ਦਰਸੇ ਹੈ ਹੇ ਸਿੱਖੋ ਆਹ ਜਿਹੜਾ ਮੇਰਾ ਸਰੀਰ ਹੈ ਪੰਜ ਭੌਤਿਕ ਇੱਕੋ ਸਮੇਂ ਵੱਖ ਵੱਖ ਜਗ੍ਹਾ 'ਤੇ ਵੱਖ ਵੱਖ ਸੰਗਤਾਂ ਇਹਦੇ ਦਰਸ਼ਨ ਨਹੀਂ ਕਰ ਸਕਦੀਆਂ ਗੁਰ ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਂ ਦਰਸੇ ਹੈ ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਇਹ ਮੇਰਾ ਦਿਲ ਹੈ ਆਹੀ ਮੇਰੀ ਆਤਮਾ ਹੈ ਬਾਣੀ ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਮੇਰੇ ਸਰੀਰ ਤੋਂ ਉੱਤਮ ਹੈ ਇਹ ਸਭ ਕਾਲ ਰਹੇ ਹੈ ਯੁੱਗ ਬਦਲਣਗੇ ਸ਼ਬਦ ਤੇ ਬਾਣੀ ਨਹੀਂ ਬਦਲੂਗੀ ਮੇਰੇ ਸਰੂਪ ਯਾ ਤੇ ਹੈ ਦੀਰਘ ਜਿੰਨਾ ਸਤਿਕਾਰ ਮੇਰਾ ਕਰਦੇ ਰਹੇ ਹੋ ਮੇਰੇ ਤੋਂ ਵੱਧ ਤੁਸੀਂ ਬਾਣੀ ਦਾ ਸਤਿਕਾਰ ਕਰੋ ਮੇਰੇ ਸਰੂਪ ਯਾ ਤੇ ਹੈ ਦੀਰਘ ਸਾਹਿਬ ਜਾਨ ਅਦੈਬ ਕਹਿ ਹੈ ਪੂਜੋ ਚੰਦਨ ਕੇਸਰ ਕੋ ਘਸ ਧੂਪ ਦਿਖਾਏ ਕਹਿ ਫੂਲ ਚੜ੍ਹਾਇਆ ਹੈ ਦੱਸ ਵੀ ਦਿੱਤਾ ਵੀ ਬਾਹਰੀ ਸਤਿਕਾਰ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਜਦੋਂ ਹੋ ਗਈ ਸ਼ਾਮ ਬਾਬਾ ਬੁੱਢਾ ਸਾਹਿਬ ਬੋਲੇ ਕਹਿੰਦੇ ਮਹਾਰਾਜ ਵੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹੋ ਗਿਆ ਸੁਖਾਸਨ ਸੁਖਾਸਨ ਕਿੱਥੇ ਕਰੀਏ ਪਾਤਸ਼ਾਹ ਜੀ ਕਹਿੰਦੇ ਜਿੱਥੇ ਮੈਂ ਹਰ ਰੋਜ਼ ਵਿਸਰਾਮ ਕਰਦਾ ਜਿੱਥੇ ਪਹਿਲਾਂ ਬਾਣੀ ਲੈ ਕੇ ਜਾਂਦਾ ਸੀ ਜਿੱਥੋਂ ਬਾਣੀ ਹਰ ਰੋਜ਼ ਲੈ ਕੇ ਆਉਂਦੇ ਸੀ ਕੋਠਾ ਸਾਹਿਬ ਪਾਤਸ਼ਾਹ ਜੀ ਵੀ ਉੱਥੇ ਫਿਰ ਪਲਕ ਇੱਕ ਹੋਰ ਲਾ ਦਈਏ ਮਾਰੇ ਕਹਿੰਦੇ ਨਾ ਪਲਕ ਉਹੀ ਰਹੂਗਾ ਉਹਨੂੰ ਚੰਗੀ ਤਰ੍ਹਾਂ ਸਾਫ ਕਰੋ ਪਲਕ ਦੇ ਉੱਪਰ ਬਾਣੀ ਦਾ ਖਜ਼ਾਨਾ ਹੋਊਗਾ ਮਹਾਰਾਜ ਤੁਸੀਂ ਕਹਿੰਦੇ ਮੈਂ ਪਲਕ ਦੇ ਹੇਠਾਂ ਅੱਜ ਤੋਂ ਬਾਅਦ ਮੈਂ ਬਰਾਬਰ ਪਲਕ ਨਹੀਂ ਲਾਊਂਗਾ ਆਏ ਕਰੋ ਇੱਕ ਚਾਦਰ ਲਾ ਦਿਓ ਪਲਕ ਦੇ ਹੇਠ ਅੱਜ ਵੀ ਤੁਸੀਂ ਜਾਓ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਾਲਾ ਕਮਰਾ ਹੈ ਗੁਰਦੁਆਰਾ ਕੋਠਾ ਸਾਹਿਬ ਅਤੇ ਜਿਸ ਥਾਂ ਤੋਂ ਹਰ ਰੋਜ਼ ਕਿਉਂਕਿ ਦਰਬਾਰ ਸਾਹਿਬ ਜੀ ਦੇ ਵਿੱਚ ਜਦੋਂ ਪ੍ਰਕਾਸ਼ ਹੁੰਦਾ ਹੈ ਉਹ ਸਰੂਪ ਕੋਠਾ ਸਾਹਿਬ ਤੋਂ ਆਉਂਦਾ ਪਲਕ ਸਾਹਿਬ ਦੇ ਹੇਠਾਂ ਇੱਕ ਚਾਦਰ ਵਿਛਦੀ ਹੈ ਅੱਜ ਵੀ ਚਿੱਟੇ ਰੰਗ ਦੀ ਜਾ ਕੇ ਉੱਥੇ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਪੁੱਛਿਓ ਵੀ ਆਹ ਕਿਹਦੀ ਨਿਸ਼ਾਨੀ ਹੈ ਉਹ ਕਹਿਣ ਲੱਗੇ ਗੁਰੂ ਅਰਜਨ ਮਹਾਰਾਜ ਦੀ ਇਹ ਆਪ ਪੂਰਨੇ ਪਾਏ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋ ਮਹਾਨ ਬਰਕਤਾਂ ਨੇ ਜਿਸ ਅਸਥਾਨ 'ਤੇ ਪ੍ਰਕਾਸ਼ ਹੋਇਆ ਉਹਦੀ ਆਪਣੀ ਮਹਿਮਾ ਜਿਹਨੇ ਪ੍ਰਕਾਸ਼ ਕਰਵਾਇਆ ਉਹਨਾਂ ਦੀ ਆਪਣੀ ਮਹਿਮਾ ਜਿਹਨੇ ਪ੍ਰਕਾਸ਼ ਕੀਤਾ ਉਹਨਾਂ ਦੀ ਆਪਣੀ ਮਹਿਮਾ ਵਡਿਆਈ ਬਹੁਤ ਵੱਡੀ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਅਥਾਹ ਹੈ ਬੇਅੰਤ ਹੈ ਸੋ ਇੱਥੇ ਹੀ ਸਮਾਪਤੀ ਹੈ ਜੀ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ